ਜੇ ਮੰਨ ਲਓ ਨਾ ਬੈਠਾ, ਕਈ ਵਾਰੀ ਕਿਸੇ ਦੇ ਘਰੇ ਜਾਂਦੇ ਹਾਂ ਵੀ ਐਂ ਅੱਖਾਂ ਵਿੱਚ ਹੀ ਬੈਠਾ ਅਤੇ ਐਂ ਨੰਗੇ ਜਿਹੇ ਨਾਲ ਐਂ ਝਾਕ ਪਿਆ ਅੱਖਾਂ ਪੱਟ ਕੇ, ਬਸ ਕੋਈ ਭੌਂਕਣ ਦੀ ਲੋੜ ਨਹੀਂ, ਇਹਦਾ ਹੀ ਰੁਤਬਾ ਹੀ ਤੇਰੇ ਪੈਰ ਆ ਜਿਹੜੇ ਉਹ ਆਟੋਮੈਟਿਕ ਰੋਕੇ, ਮਤਲਬ ਮੈਨੂੰ ਨਹੀਂ ਲੱਗਦਾ ਕਿ ਸ਼ੇਰ ਨਾਲੋਂ ਕੋਈ ਬਾਹਲਾ ਜ਼ਿਆਦਾ ਦਾ ਲੰਮਾ ਚੌੜਾ ਫਰਕ। ਹਾਂਜੀ ਹਾਂਜੀ, ਹੈ ਨਾ, ਇਹਨੂੰ ਇਹਨੂੰ ਖਾਸ ਟ੍ਰੇਨਿੰਗ ਹੈ ਤੁਹਾਡੀ ਵੀ ਇਹ ਪਰਿਵਾਰ 'ਚ ਇੰਨੇ ਸੌਫਟ ਆ ਜਾਂ ਇਹ ਖਾਸ ਨਸਲ ਆ ਤਾਂ ਇੰਨੇ ਸੌਫਟ ਆ ਜਾਂ ਕੋਈ ਕੀ ਕਾਰਨ ਆ, ਹਾਂਜੀ ਖਾਸ ਖੁਰਾਕ ਆ ਉਹਦੇ ਨਾਲ ਇਹਦਾ ਫਰਕ ਕਿੰਨਾ ਭਾਰਾ ਹੋ ਜਾਂਦਾ, ਤੁਸੀਂ ਤਾਂ ਤੋਲਦੇ ਤਾਲਦੇ ਵੀ ਮੈਂ ਦੇਖਿਆ ਕੰਡੇ ਰੱਖੇ ਵੱਧ ਤੋਂ ਵੱਧ। ਤੁਹਾਨੂੰ ਉਹ ਜਾਨਵਰ ਦਿਖਾਉਣਾ ਮੱਲੋ ਜਿਹੜੇ ਜਾਨਵਰ ਨੇ ਇਸ ਸੀਜ਼ਨ ਦੇ ਸਭ ਤੋਂ ਜ਼ਿਆਦਾ ਸ਼ੋਅ ਜਿੱਤਿਆ, 2 ਮਹੀਨਿਆਂ ਦੇ ਵਿੱਚ ਧੁੱਕੀ ਕੱਢਤੀ ਇਹਨੇ ਸ਼ੋਅ ਜਿੱਤਣ ਵਾਲੀ ਸੱਜਣ। ਦੂਜੀ ਗੱਲ, ਤੁਹਾਨੂੰ ਉਹ ਬੰਦੇ ਮਿਲਾਉਣੇ ਆ ਵੀ ਜਿਨ੍ਹਾਂ ਕੋਲ ਨਾ ਬਾਹਲੀ ਵੱਡੀ ਹਾਈਟ ਦੇ ਜਾਨਵਰ ਆ, ਹਾਈਟ ਦੇ ਵਿੱਚ ਇੰਡੀਆ ਦੇ ਵਿੱਚੋਂ ਇਸ ਬਰੀਡ ਨੇ ਬਹੁਤ ਜ਼ਿਆਦਾ ਮੁਕਾਬਲੇ ਜਿੱਤੇ ਆ ਸੱਜਣੋ। ਜਿੰਨੇ ਸੋਹਣੇ ਆ, ਜਿੰਨੇ ਘੈਂਟ ਆ, ਓਨੇ ਹੀ ਸਿਆਣੇ ਜਾਨਵਰ ਹੈ। ਬਾਈ ਹੁਣਾਂ ਨੂੰ ਨਸਲਾਂ ਦਾ ਹਿਸਾਬ ਕਿਤਾਬ ਹੀ ਬੜਾ ਹੈ। ਮੈਂ ਇੱਕ ਗੱਲ ਕਹਿ ਸਕਦਾ ਵੀ ਯਾਰ, ਜੇ ਕਿਸੇ ਨੂੰ ਸ਼ੇਰ ਪਾਲਣ ਦਾ ਸ਼ੌਂਕ ਆ ਨਾ, ਜਾਂ ਤਾਂ ਉਹ ਆਹ ਜਾਨਵਰ ਨੂੰ ਪਾਲੂਗਾ, ਅਤੇ ਜਾਂ ਇਹ ਕਹਿ ਲਓ ਵੀ ਜੇ ਇੰਡੀਆ ਦੇ ਵਿੱਚ ਸ਼ੇਰ ਰੱਖਣ ਦੀ ਕਿਤੇ ਅਨੁਮਤੀ ਮਿਲ ਜੇ ਤਾਂ ਇਹ ਬੰਦੇ ਸਾਰਿਆਂ ਨੂੰ ਪਹਿਲਾਂ ਸ਼ੇਰ ਲੈ ਕੇ ਆਉਣਗੇ, ਕਿਉਂਕਿ ਇਹਨਾਂ ਨੂੰ ਬਈ ਮੁੱਢ ਤੋਂ ਬਾਈ ਸਵੇਗ ਹੋਣੀ ਤਾਂ ਪਾਕਿਸਤਾਨ ਤੋਂ ਆਏ ਆ, ਜਦੋਂ ਤੋਂ ਆਏ ਆ ਉਦੋਂ ਤੋਂ ਕਹਿੰਦੇ ਵੀ ਸਾਨੂੰ ਤਾਂ ਪੰਜਾਬ ਦੇ ਵਿੱਚ ਪੈਰ ਹੀ ਆਹ ਜਾਨਵਰਾਂ ਨੇ ਲਵਾਏ ਆ, ਇਹਨਾਂ ਨੇ ਸਾਡੇ ਘਰਾਂ ਦੀ ਸਾਡੇ ਜਾਨ ਮਾਲ ਦੀ ਰਾਖੀ ਕੀਤੀ ਆ। ਯਾਰ ਬੰਦੂਕ ਤਾਂ ਕਿਤੇ ਫਾਇਰ ਮਿਸ ਕਰ ਦੂ, ਇਹਨੂੰ ਤਾਂ ਚਲਾਉਣ ਦੀ ਲੋੜ ਨਹੀਂ ਯਾਰ, ਇਹਦੀ ਤਾਂ ਤੱਕਣੀ ਕਾਫੀ ਆ ਯਾਰ ਬੰਦੇ ਦੇ ਪੈਰ ਹਿਲਾਉਣ ਵਾਸਤੇ, ਝਿਫਣ ਦੀ ਤਾਂ ਕੋਈ ਗੱਲ ਹੀ ਨਹੀਂ ਯਾਰ, ਮੂਹਰਲੇ ਬੰਦੇ ਤੋਂ ਡਰਨ ਡੁਰਨ ਵਾਲੀ ਤਾਂ ਕਹਾਣੀ ਕੋਈ ਨਹੀਂ। ਮੂਹਰਲਾ ਬੰਦਾ ਕਿੱਡਾ ਵੀ ਹੋਵੇ ਯਾਰ, ਸਾਬਤੀ ਲੱਤ ਕਿਹੜਾ ਨਾ ਚੱਬ ਜੂ ਸਾਰੀ ਬੰਦੇ ਦੀ। ਬਾਈ ਹੁਣੇ 2 ਨਸਲਾਂ ਨੂੰ ਬਾਹਲੀ ਮੁਹੱਬਤ ਕਰਦੇ ਆ, ਇੱਕ ਹਿਮਾਲੀਅਨ ਸ਼ੀਪ ਡੋਗ ਅਤੇ ਦੂਸਰਾ ਤਿੱਬਤੀਅਨ ਮੈਸਟਿਫ। ਬਾਈ ਹੁਣਾਂ ਨੂੰ ਯਾਰ ਹਿਸਾਬ ਕਿਤਾਬ ਵੀ ਬਹੁਤ ਆ। ਜਿਹੜੇ ਬੰਦੇ ਤੁਹਾਨੂੰ ਕੋਟਲੀ ਅਬਲੂ ਵਾਲੇ ਬਾਈ ਸੁਖਵਿੰਦਰ ਹੋਣੀ, ਬਾਈ ਸਵੇਗ ਹੋਣੀ ਮਿਲਾਉਣੇ ਆ ਨਾ, ਬਾਈ ਹੁਣਾਂ ਨੂੰ ਇਹਨਾਂ ਜਾਨਵਰਾਂ ਦਾ ਹਿਸਾਬ ਬਹੁਤ ਆ। ਆਹ ਨਿੱਕੇ ਨਿੱਕੇ ਬੱਚੇ ਆ ਦੇਖੋ, ਕੁਛ ਮਹੀਨਿਆਂ ਦੇ ਬੱਚੇ, ਤੁਸੀਂ ਯਾਰ ਪੈਰ ਪੂਰ ਵੇਖੋ ਯਾਰ, ਕਮਾਲ ਆ ਯਾਰ ਇਹਨਾਂ ਦੇ। ਨਿਆਣੇ ਹੁੰਦੇ ਤਾਂ ਜਿਵੇਂ ਕਹਿੰਦੇ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਆ, ਉਹ ਗੱਲ ਆ, ਪਰ ਹਾਂ ਫਰੈਂਡਲੀ ਬਹੁਤ ਆ। ਤੁਸੀਂ ਮੇਰੀ ਵੀਡੀਓ ਵਿੱਚ ਵੀ ਦੇਖੀ ਆ ਵੀ ਜਿਹੜਾ ਜਾਨਵਰ ਆ ਉਹ ਮੇਰੇ ਨਾਲ ਕਿਵੇਂ ਫਰੈਂਡਲੀ ਬਿਹੇਵ ਕਰ ਰਿਹਾ। ਇਹ ਫਰੈਂਡਲੀ ਬਿਹੇਵ ਕਰਨ ਵਾਸਤੇ ਕੀ ਖਾਸ ਤਰ੍ਹਾਂ ਦੀ ਟ੍ਰੇਨਿੰਗ ਹੁੰਦੀ ਆ, ਜਾਂ ਖਾਸ ਖੁਰਾਕ ਹੁੰਦੀ ਆ, ਜਾਂ ਖਾਸ ਨਸਲ ਹੁੰਦੀ ਆ, ਕੀ ਗੱਲਬਾਤ ਆ? ਆਪਾਂ ਸਾਰੀ ਜਾਣਕਾਰੀ ਅੱਜ ਇਸ ਨਸਲ ਵਾਸਤੇ ਦੇੜ ਕੇ ਰੱਖ ਦੇਣੀ ਆ। ਆਜੋ ਬਣੇ ਰਹੋ, ਸੁਣਿਓ, ਸ਼ੇਅਰ ਕਰਿਓ। ਜਾਨਵਰ ਤੁਸੀਂ ਮੂਹਰਲੇ ਪਾਸੇ ਵੀਡੀਓ 'ਤੇ ਦੇਖ ਚੁੱਕੇ ਆ ਪਹਿਲਾਂ, ਯਾਰ ਮਾੜਾ ਬੰਦਾ ਤਾਂ ਰਫਲ ਵਾਲੇ ਤੋਂ ਤਾਂ ਹੋ ਸਕਦਾ ਵੀ ਨਾ ਡਰੇ, ਪਰ ਜੇ ਇਹ ਜਾਨਵਰ ਨੂੰ ਦੇਖ ਲਏ ਤਾਂ ਬੰਦਾ ਦੂਰੋਂ ਭੈ ਕਰਕੇ ਖਾ ਕੇ ਖੜ ਜਾਂਦਾ। ਪਰ ਇੰਨੇ ਵੀ ਖਤਰਨਾਕ ਨਹੀਂ ਹੁੰਦੇ, ਰਫਲ ਤਾਂ ਹੋ ਸਕਦਾ ਵੀ ਵੇਲੇ ਇੱਕ ਵੇਲੇ ਕੋਈ ਆਪਦੇ ਪਰਿਵਾਰ ਦੇ ਮੈਂਬਰ ਦੇ ਵੀ ਚੱਲ ਜਾਈ, ਪਰ ਇਹ ਜਾਨਵਰ ਸਿਆਣਾ ਬੜਾ, ਆਪਦੇ ਪਰਿਵਾਰ ਨੂੰ ਕੁਛ ਨਹੀਂ ਕਹਿੰਦਾ। ਜਿਹੜਾ 10-20 ਮਿੰਟ ਬਹਿ ਗਿਆ ਨਾ ਦੇਣੇ ਕੋਲ, ਜਿਵੇਂ ਮੈਂ ਬੈਠਾ ਸੀ, ਤਾਂ ਫਿਰ ਮੈਨੂੰ ਵੀ ਆਪਦਾ ਪਰਿਵਾਰ ਮੰਨ ਲਿਆ। ਮਤਲਬ ਜਾਨਵਰ ਨੂੰ ਅਕਲ ਬੜੀ ਆ, ਸਮਝ ਬੜੀ ਆ, ਦੇਖਣ ਨੂੰ ਜਿੰਨੇ ਖਤਰਨਾਕ ਲੱਗਦੇ ਆ ਅਸਲ ਦੇ ਵਿੱਚ ਉਨੇ ਹੀ ਨਰਮ ਦਿਲ ਦੇ ਜਾਨਵਰ ਹੈ।
ਮਾਲਕ ਦਾ ਮੋਹ ਬੜਾ ਕਰਦੇ ਆ। ਆਪਣੇ ਨਾਲ ਬਾਈ ਸੁਖਵਿੰਦਰ ਹੈ, ਆਪਣੇ ਨਾਲ ਬਾਈ ਸਵੇਗ ਹੈ ਨਾ ਬਾਈ, ਸਵੇਗ ਬਾਈ ਹੈ। ਆਪਾਂ ਨਾ ਕੋਟਲੀ ਅਬਲੂ ਪਿੰਡ ਦੇ ਵਿੱਚ ਬੈਠੇ ਹਾਂ, ਆਪਾਂ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਹਾਂ, ਜਾਣਕਾਰੀ ਲੈਂਦੇ ਹਾਂ। ਅਸਲ ਦੇ ਵਿੱਚ ਬਹੁਤ ਵਾਰ ਬਹੁਤ ਸਾਰੇ ਜਾਨਵਰਾਂ ਦੀ ਅਸੀਂ ਜਾਣਕਾਰੀ ਇਸੇ ਕਰਕੇ ਲੈਂਦੇ ਗਏ, ਆਪਾਂ ਕੀ ਲੈਣਾ ਯਾਰ, ਪਰ ਉਹਨਾਂ ਚੀਜ਼ਾਂ ਦੇ ਵਿੱਚ ਹੀ ਜਾਣਕਾਰੀ ਬੜੀ ਦਿਲਚਸਪ ਹੁੰਦੀ ਹੈ। ਆਪਾਂ ਅੱਜ ਦਿਲਚਸਪ ਗੱਲਾਂ ਕਰਾਂਗੇ ਬਾਈ ਹੁਣਾਂ ਦੇ ਨਾਲ। ਆ ਜਿੰਨੀਆਂ ਮਗਰਲੇ ਪਾਸੇ ਟਰਾਫੀਆਂ ਪਈਆਂ, ਬਾਈ ਹੁਣਾਂ ਦੀ ਸਿਲੈਕਸ਼ਨ ਮੰਨ ਸਕਦੇ ਹਾਂ, ਅਤੇ ਆਹ ਗੱਭਰੂ ਦੀ ਮਿਹਨਤ ਮੰਨ ਸਕਦੇ, ਇਹਦੀ ਮਿਹਨਤ ਹੈ ਨਾ। ਤਾਂ ਇਹ ਸਾਰੀ ਟੀਮ ਆ, ਟੀਮ ਵਰਕ ਦੇ ਨਾਲ ਹੀ ਮਤਲਬ ਇਹੋ ਜਿਹੇ ਮੁਕਾਮ ਆ ਜਿਹੜੇ ਬਣਦੇ ਹੁੰਦੇ ਆ। ਸਾਜਣ ਆਪਾਂ ਗੱਲਬਾਤ ਕਰਦੇ, ਬਾਈ ਹੁਣਾਂ ਦਾ ਸਵਾਗਤ ਕਰਦੇ। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਯਾਰ। ਕੁੱਤਾ ਰੱਖਣਾ ਵੈਸੇ ਆਪਣੇ ਕਹਿ ਲਈਏ ਕਿ ਸੁਭਾਅ ਦੇ ਵਿੱਚ ਆ, ਬਹੁਤ ਮਤਲਬ ਸਦੀਆਂ ਤੋਂ ਰੱਖਦੇ ਆਉਂਦੇ ਹਨ। ਪਰ ਨਾ ਆਮ ਤੌਰ 'ਤੇ ਜਿਹੜੇ ਲੋਕ ਕੁੱਤੇ ਰੱਖਦੇ ਆ ਉਹ ਛੋਟੇ ਕੁੱਤੇ ਰੱਖਦੇ ਆ, ਅਤੇ ਪਰ ਯਾਰ ਮਤਲਬ ਐਡੇ ਵੱਡੇ ਕੁੱਤੇ ਰੱਖਣ ਵਾਲਾ, ਇਹ ਕੋਈ ਖਾਸ ਬੰਦੇ ਦਾ ਖਾਸ ਰੁਚੀ ਹੁੰਦੀ ਆ ਯਾਰ, ਬੰਦਾ ਖਾਸ ਕਿਸਮ ਦਾ ਚਾਹੀਦਾ ਹੁੰਦਾ ਜਾਂ ਇਹਦਾ ਕੰਮ ਖਾਸ ਕਿਸਮ ਦਾ, ਵੀ ਆਪਾਂ ਨੂੰ ਤਾਂ ਯਾਰ ਇਸ ਕੰਮ ਲਈ ਆਹ ਹੀ ਚਾਹੀਦਾ। ਇਹ ਨਾ ਸਾਡੀ ਜੀ ਕਾਫੀ ਸਾਲਾਂ ਤੋਂ ਜਦੋਂ ਦੀ ਮੇਰੀ ਸੁਰਤ ਸੰਭਲੀ ਹੈ, ਸਾਡੀ ਇਸ ਨਸਲ ਦੇ ਵਿੱਚ ਰੁਚੀ ਸੀ ਵੀ ਅਸੀਂ ਇਹ ਰੱਖਣੀ ਆ, ਤਿਬਤਨ ਮਸਟਰ, ਹਾਂ ਤਿਬਤਨ ਮਸਟਰ ਰੱਖਣੀ ਹੈ, ਅਤੇ ਹਿਮਾਲਿਅਨ ਸ਼ੀਪ ਡੋਗ ਗੱਦੀ, ਦੋ ਬਰੀਡ ਆਪਣੇ ਕੋਲ, ਗੱਦੀ ਅਤੇ ਤਿਬਤਨ ਮਸਟਰ ਜੀ। ਤਾਂ ਅਸੀਂ ਨਾ ਇੱਕ ਵਾਰ ਦੀ ਤੁਹਾਨੂੰ ਕਿੱਸੇ ਦੀ ਗੱਲ ਦੱਸਦੇ, ਜਿੱਥੋਂ ਰੱਖਣ ਦਾ ਸਾਨੂੰ ਰੁਚੀ ਬਣੀ, ਅਸੀਂ ਘੋੜੀਆਂ ਦੇ ਮੇਲੇ 'ਤੇ ਮੁਕਤਸਰ ਗਏ ਜੀ, ਛੋਟੇ ਛੋਟੇ ਸੀਗੇ, 20 ਸਾਲ ਹੋ ਗਏ ਗੱਲ ਨੂੰ, ਅਸੀਂ ਉੱਥੇ ਕੁੱਤੇ ਵੇਖੇ ਜੀ ਗੱਦੀ, ਤਾਂ ਉੱਥੋਂ ਸਾਡੇ ਦਿਲ 'ਚ ਆਇਆ ਵੀ ਅਸੀਂ ਵੀ ਰੱਖਣੇ। ਫਿਰ ਇਹ ਤਲਾਸ਼ ਕੀਤੀ ਵੀ ਕਿੱਥੋਂ ਚੰਗੇ ਕੁੱਤੇ ਮਿਲ ਜਾਣ, ਤਾਂ 2007 ਦੇ ਵਿੱਚ ਇੱਕ ਸਾਨੂੰ ਬਹੁਤ ਚੰਗਾ ਕੁੱਤਾ ਮਿਲ ਗਿਆ, ਕਿਸੇ ਕਾਰਨ ਕਰਕੇ ਕੋਈ ਮੇਰਾ ਫਰੈਂਡ ਉਹ ਲੈ ਗਿਆ, ਮੇਰੇ ਤੋਂ 2 ਸਾਲ ਮੇਰੇ ਕੋਲ ਰਿਹਾ ਜੀ। ਫਿਰ ਚਲੋ ਉਸ ਤੋਂ ਬਾਅਦ ਜਿਵੇਂ ਆਪਾਂ ਕਹਿੰਦੇ ਬੁਲੀ ਅਤੇ ਪੈਟਬੋਲ ਦਾ ਕਰੇਜ਼ ਆ ਗਿਆ ਸੀਗਾ, ਅਸੀਂ ਉਹ ਰੱਖੇ ਜੀ 3-4 ਸਾਲ। ਪਰ ਜਿਵੇਂ ਆਪਾਂ ਕਹਿੰਦੇ ਹਾਂ ਵੀ ਜਿਹੜੀ ਚੀਜ਼ ਰੁਚੀ ਹੋਵੇ ਰੱਖੀ ਉਹੀ ਜਾਂਦੀ, ਉਹ ਗੱਲ ਨਹੀਂ ਬਣੀ, ਨਹੀਂ ਬਣੀ ਗੱਲ ਜੀ, ਉਹ ਦੇ ਫਿਰ ਅਸੀਂ, ਜਿਹੜੀ ਆਪਦੇ ਮਨ 'ਚ ਇੱਕ ਸਵਾਲ ਹੁੰਦਾ ਨਾ ਵੀ ਯਾਰ ਉਹ ਗੱਲ ਨਹੀਂ ਬਣੀ, ਹਾਂਜੀ ਉਹ ਗੱਲ ਨਹੀਂ ਬਣੀ। ਫਿਰ 2018 ਦੇ ਵਿੱਚ ਜੀ ਇੱਕ ਮੇਰਾ ਦੋਸਤ ਹੁਣ ਬਣ ਗਿਆ ਗੜਗਾਓਂ ਤੋਂ, ਆਦੇਸ਼ ਗੁੱਜਰ, ਤਾਂ ਉਹਨਾਂ ਕੋਲ ਇੱਕ ਡੌਗ ਸੀ ਰੋਜਰ ਨਾਮ ਦਾ, ਤਾਂ 2018 ਜੀ ਉਹ ਲਿਆਂਦਾ ਆਪਾਂ। ਉਦੋਂ ਬਾਅਦ ਫਿਰ ਇਹਨਾਂ ਦਾ ਗੱਦੀਆਂ ਦੇ ਵਿੱਚ ਇੱਕ ਥੋੜ੍ਹੀ ਜਿਹੀ ਪਛਾਣ, ਤਿਪਤਨ ਮਸਟਰ ਦੇ ਵਿੱਚ ਪਛਾਣ ਵੀ ਬਣ ਗਈ, ਕਿਉਂਕਿ ਉਹ ਬਹੁਤ ਲੈਜੈਂਡ ਕੁੱਤਾ ਸੀਗਾ ਜੀ, ਜਿਹੜੇ ਦੇਖਣ ਵਾਲੇ ਬਹੁਤ, ਜਿਹੜੇ TM ਗੱਦੀ ਰੱਖਦੇ ਉਹਨਾਂ ਨੂੰ ਪਤਾ ਹੀ ਹੋਊਗਾ ਜੀ ਉਹਦੇ ਬਾਰੇ। ਯਾਰ ਮੈਨੂੰ ਐਂ ਦੱਸ ਵੀ ਜਿਵੇਂ ਕਰਦੇ ਆ ਅਕਸਰ ਯਾਰ, ਕੋਈ ਬੰਦਾ ਯਾਰ ਕਿੰਨਾ ਕਿਸੇ ਦਾ ਕਿਸੇ ਚੀਜ਼ ਦਾ ਵੀ ਸ਼ੌਂਕ ਆ ਯਾਰ, ਕਿਸੇ ਨੂੰ ਸ਼ੇਰ ਰੱਖਣ ਦਾ ਵੀ ਹੋ ਸਕਦਾ। ਹਾਂਜੀ ਹਾਂਜੀ, ਮੈਂ ਇੱਕ ਫੈਸਲਾ ਤਾਂ ਹੁੰਦਾ ਯਾਰ, ਹੁੰਦਾ ਤਾਂ ਪਰਿਵਾਰ ਨਾਲ ਹੀ ਯਾਰ ਰਲ ਕੇ। ਹਾਂਜੀ ਹਾਂਜੀ ਯਾਰ, ਪਰਿਵਾਰ ਮੰਨ ਗਿਆ ਸੌਖਾ ਯਾਰ, ਪਰਿਵਾਰ ਨੂੰ ਨਹੀਂ ਐਂ ਲੱਗਾ ਵੀ ਯਾਰ ਜਵਾਕ ਖਾ ਜੂਗਾ ਤਾਂ ਯਾਰ, ਪਰਿਵਾਰ ਡਰਦਾ ਹੀ। ਹਾਂਜੀ ਪਰਿਵਾਰ ਨੂੰ ਸਾਡੇ ਬਹਿ ਕੇ ਤਾਂ ਸਮਝ ਆ ਗਈ ਵੀ ਇਹ ਨਹੀਂ ਖਾਂਦਾ। ਹਾਂਜੀ ਹਾਂਜੀ, ਪਰ ਇੱਕ ਵਾਰੀ ਤਾਂ ਉੱਪਰਾ ਬੰਦਾ ਤਾਂ ਐਵੇਂ ਹੀ ਸੋਚਦਾ ਨਾ। ਪਰਿਵਾਰ ਨੂੰ ਵੀ ਸਾਡੇ ਨੂੰ ਬਹੁਤ ਸ਼ੌਂਕ ਆ ਜੀ, ਮੇਰੇ ਫਾਦਰ ਸਾਹਿਬ ਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਇਸ ਬਰੀਡ ਦਾ, ਬਹੁਤ ਜ਼ਿਆਦਾ ਜਿੰਨਾ ਕਹਿ ਦਈਏ। ਜਦੋਂ ਕੋਈ ਨਵਾਂ ਡੌਗ ਅਸੀਂ ਲੈ ਕੇ ਆਉਣੇ ਹੈ ਅਤੇ ਜਾਂ ਅਸੀਂ ਕਿਸੇ ਸ਼ੋਅ 'ਤੇ ਜਾਂਦੇ ਹਾਂ, ਤਾਂ ਪਿੱਛੇ ਫੋਨ ਲਾ ਕੇ ਸਾਨੂੰ ਪੁੱਛਦੇ ਆ ਕੀ ਬਣਿਆ ਅੱਜ, ਜਿੱਤ ਗਿਆ ਆਪਣਾ, ਕਿਹੜੇ ਨੰਬਰ 'ਤੇ ਆਇਆ। ਬਹੁਤ ਸ਼ੌਂਕ ਹੈ ਜੀ ਉਹਨਾਂ ਨੂੰ ਵੀ, ਅਤੇ ਪਰਿਵਾਰ ਨੂੰ ਸਾਰਿਆਂ ਨੂੰ ਸ਼ੌਂਕ ਹੈ ਜੀ, ਸਾਡੀ ਸਾਰੀ ਫੈਮਿਲੀ ਨੂੰ ਸ਼ੌਂਕ ਹੈ। ਅਤੇ ਜਿਵੇਂ ਆਪਾਂ ਕਹਿ ਦਈਏ ਵੀ ਜੋ ਕਿ ਸ਼ੋਅ 'ਤੇ ਜਿੱਤ ਕੇ ਆਉਣੇ ਹੈ ਜੀ, ਅਤੇ ਵਿਆਹ 'ਚ ਇੰਨੀ ਖੁਸ਼ੀ ਹੁੰਦੀ ਹੈ ਘਰੇ ਯਾਰ। ਜਿਵੇਂ ਐਡਾ ਵੱਡਾ ਕੁੱਤਾ ਹੈ, ਮਤਲਬ ਮੈਨੂੰ ਨਹੀਂ ਲੱਗਦਾ ਕਿ ਸ਼ੇਰ ਨਾਲੋਂ ਕੋਈ ਬਾਹਲਾ ਜ਼ਿਆਦਾ ਦਾ ਲੰਮਾ ਚੌੜਾ ਫਰਕ। ਹਾਂਜੀ ਹਾਂਜੀ, ਹੈ ਨਾ। ਇਹਨੂੰ ਇਹਨੂੰ ਖਾਸ ਟ੍ਰੇਨਿੰਗ ਹੈ ਤੁਹਾਡੀ ਵੀ ਇਹ ਪਰਿਵਾਰ 'ਚ ਇੰਨੇ ਸੌਫਟ ਆ, ਜਾਂ ਇਹ ਖਾਸ ਨਸਲ ਆ ਤਾਂ ਇੰਨੇ ਸੌਫਟ ਆ, ਜਾਂ ਕੋਈ ਕੀ ਕਾਰਨ ਆ, ਹਾਂਜੀ ਖਾਸ ਖੁਰਾਕ ਆ ਉਹਦੇ ਨਾਲ ਇਹਦਾ ਫਰਕ ਆ ਇਹਦਾ। ਇਹਨਾਂ ਨੇਚਰ ਦੇ ਵਿੱਚ ਇਹਨਾਂ ਦੇ ਰਖਵਾਲੀ ਕਰਨੀ ਜੀ,
ਜੇ ਆਪਾਂ ਪਿੱਛੇ ਤੋਂ ਦੇਖੀਏ ਕੋਈ 100-200 ਸਾਲ ਪਹਿਲਾਂ ਤੋਂ ਇਹ ਨਿੱਟ ਬਰੀਡ ਆ, ਜਿਵੇਂ ਪਹਾੜਾਂ ਦੀ ਬਰੀਡ ਆ, ਪਹਾੜਾਂ ਦੇ ਵਿੱਚ ਭੇਡ ਬੱਕਰੀਆਂ ਵਾਲੇ ਪਹਿਲਾਂ ਰੱਖਦੇ ਹੁੰਦੇ ਸੀ ਜੀ। ਉਦੋਂ ਬਾਅਦ ਜਿਵੇਂ ਜਿਵੇਂ ਲੋਕ ਇਹਨਾਂ ਨੂੰ ਰੱਖਣ ਲੱਗੇ ਜੀ, ਉਵੇਂ ਅੱਗੇ ਨਸਲ ਡਿਵੈਲਪ ਹੋਈ ਇਹ। ਤਾਂ ਇਹ ਪਹਿਲਾਂ ਮੰਨ ਕੇ ਚੱਲੋ ਵੀ 2-2 ਕੁੱਤੇ ਜੀ, 2-2 ਡੋਗ 100-200 ਭੇਡ ਦੀ ਰਖਵਾਲੀ ਕਰ ਦਿੰਦੇ ਸੀ। ਇਹਨਾਂ ਦੇ ਇੱਕ ਅੰਦਰ ਦਿਮਾਗ ਦੇ ਵਿੱਚ ਹੀ ਇੱਦਾਂ ਦਾ ਵੀ ਨੇਚਰ ਹੀ ਇੱਦਾਂ ਦਾ ਨਾ ਵੀ ਰਖਵਾਲੀ ਵਾਸਤੇ ਬਣਿਆ। ਅਤੇ ਇੱਕ ਮੰਨ ਕੇ ਚੱਲੋ ਜੇ ਜਿਹਦੇ ਨਾਲ ਰਹਿੰਦੇ ਆ, ਮੰਨ ਕੇ ਚੱਲੋ ਆਪਣੇ ਘਰ ਰੱਖੇ ਹੋਏ ਆ, ਇਹ ਫਰੈਂਡਲੀ ਸੁਭਾਅ ਬਹੁਤ ਇਹਨਾਂ ਦਾ ਜੀ, ਬਹੁਤ ਫਰੈਂਡਲੀ ਹੈ। ਬਾਕੀ ਜੇ ਆਪਾਂ ਗੱਲ ਕਰੀਏ ਡੋਗ ਸ਼ੋਆਂ ਦੀ, ਤਾਂ ਉਹਦੇ ਵਾਸਤੇ ਇੱਕ ਸਪੈਸ਼ਲ ਟ੍ਰੇਨਿੰਗ ਹੁੰਦੀ ਹੈ ਆਪਣੀ, ਉਹ ਅਸੀਂ ਸਪੈਸ਼ਲ ਟ੍ਰੇਨਿੰਗ ਦਿੰਦੇ ਹਾਂ ਫਿਰ ਸ਼ੋਆਂ 'ਤੇ ਲੈ ਕੇ ਜਾਂਦੇ ਹਾਂ ਉਹਦੇ ਲਈ ਸਪੈਸ਼ਲ ਟ੍ਰੇਨਿੰਗ। ਸਵੇਗ ਭਾਈ, ਚਲੋ ਸਪੈਸ਼ਲ ਟ੍ਰੇਨਿੰਗ ਵੀ ਹੋ ਗਈ, ਇਹਨਾਂ ਰਾਖੀ ਦਾ ਸੁਭਾਅ ਇਹਨਾਂ ਦੇ ਕੁਦਰਤੀ ਹੋ ਗਿਆ। ਫਿਰ ਜਿਹੜੇ ਅਗਰੈਸਿਵ ਹੋ ਜਾਂਦੇ ਆ, ਜਿਹੜੇ ਮਤਲਬ ਜਿਹੜੀਆਂ ਗੱਲਾਂ ਮਾਰਕੀਟ 'ਚ ਸੁਣਨ ਨੂੰ ਮਿਲਦੀਆਂ, ਜਿਹਦੇ ਨਾਲ ਕਿਸੇ ਵੀ ਕੋਈ ਨਸਲ ਬਦਨਾਮ ਹੁੰਦੀ ਆ ਵੀ ਇਹ ਤਾਂ ਢਾਹ ਲੈਂਦੇ ਆ ਯਾਰ, ਉਹ ਕਾਹਤੋਂ ਹੋ ਜਾਂਦੇ ਆ ਉਸ ਤਰ੍ਹਾਂ? ਕੋਈ ਵੀ ਬਰੀਡ ਲਾ ਲਓ, ਕੋਈ ਬਰੀਡ ਲੈ ਲਓ ਡੋਗਸ ਦੀ, ਜਿਹੜੀ ਨੂੰ ਮਰਜ਼ੀ ਤੁਸੀਂ, ਆਪਾਂ ਮਤਲਬ ਆਪਾਂ ਜਿਹੜੀ ਇੰਡੀ ਬਰੀਡ ਹੁੰਦੀ ਆ ਆਪਣੀ, ਆਪਾਂ ਜਿਹਨੂੰ ਪੰਜਾਬੀ 'ਚ ਅਵਾਰਾ ਕੁੱਤੇ ਕਹਿੰਦੇ, ਉਹਨਾਂ ਨੂੰ ਤੁਸੀਂ ਰੱਖ ਲਓ। ਰੱਖਣ ਕਰਨ 'ਤੇ ਆਪਾਂ ਕਿਵੇਂ ਸਾਂਭ ਸੰਭਾਲ ਕਰਦੇ ਹਾਂ ਉਹਨੂੰ, ਕੋਈ ਟਾਈਮ ਦਿੰਦਾ 5-10 ਮਿੰਟ ਵੀ ਆਪਾਂ ਆਪਦੇ ਡੋਗ ਨੂੰ ਟਾਈਮ ਦਿੰਦੇ ਹਾਂ? ਜੇ ਜਦੋਂ ਕਿਸੇ ਵੀ ਬਰੀਡ ਨੂੰ ਨਾ ਟਾਈਮ ਦਿਓਗੇ, ਉਹਨੂੰ ਬੰਨੀ ਰੱਖੋਗੇ, ਉਹਨੇ ਬੰਦੇ ਹੀ ਨਹੀਂ ਦੇਖਣੇ, ਉਹ ਕੋਈ ਹਰ ਕੁੱਤਾ ਹੀ ਅਗਰੈਸਿਵ ਹੋ ਜੂਗਾ ਜੀ। ਇਹ ਆਪਣੇ ਰੱਖ ਰਖਾਵ 'ਤੇ ਬਹੁਤ ਮਤਲਬ ਮੈਟਰ ਕਰਦੀ ਹੈ ਚੀਜ਼ ਵੀ ਤੁਸੀਂ ਉਹਨੂੰ ਕਿਵੇਂ ਮਤਲਬ ਮਤਲਬ ਤੁਹਾਡੀ ਗੱਲ 'ਚੋਂ ਇੱਕ ਗੱਲ ਨਿਕਲ ਕੇ ਆਉਂਦੀ ਆ ਵੀ ਜਿਹੋ ਜਿਹਾ ਬਿਹੇਵੀਅਰ ਮਾਲਕ ਕੁੱਤੇ ਨਾਲ ਕਰਦਾ, ਕੁੱਤਾ ਦੂਸਰਿਆਂ ਨਾਲ ਕਰਦਾ, ਦੂਸਰਿਆਂ ਨਾਲ ਕਰਦਾ, ਬਿਲਕੁਲ ਸਹੀ ਗੱਲ ਹੈ, ਹਨਾ। ਹੁਣ ਤੁਹਾਡੇ ਕੁੱਤਿਆਂ ਨੇ ਮੇਰੇ ਨਾਲ ਜੋ ਬਿਹੇਵ ਕੀਤਾ, ਅਸਲ ਦੇ ਵਿੱਚ ਉਹ ਕੁੱਤਿਆਂ ਨੂੰ ਘਰੋਂ ਮਿਲਦਾ, ਉਹ ਉਹਨਾਂ ਨੇ ਮੇਰੇ 'ਤੇ ਟ੍ਰਾਂਸਫਰ ਕੀਤਾ। ਹਾਂਜੀ ਹਾਂਜੀ ਹਾਂਜੀ, ਹਨਾ। ਬਾਕੀ ਹੁਣ ਮੰਨ ਕੇ ਚੱਲੋ ਜੇ ਆਪਾਂ ਕੋਈ ਡੋਗ ਰੱਖ ਲਿਆ, ਉਹਨੂੰ ਆਪਾਂ ਬੰਨ ਕੇ ਜ਼ਿਆਦਾ ਰੱਖਦੇ ਹਾਂ, ਪਿੰਜਰੇ 'ਚ ਰੱਖਦੇ ਹਾਂ, ਤਾਂ ਉਹ ਡੋਗ ਅਗਰੈਸਿਵ ਹੋ ਜਾਂਦਾ, ਮਾਰਦੇ ਕੁੱਟਦੇ ਆ। ਹਾਂ, ਮਾਰਦੇ ਕੁੱਟਦੇ ਆ ਜਦੋਂ ਆਪਾਂ ਸਹੀ ਦੇਖਭਾਲ ਉਹਦੀ ਨਹੀਂ ਕਰਦੇ। ਹੁਣ ਆਪਣੇ ਡੋਗ ਜੇ ਮੰਨ ਕੇ ਚੱਲੋ ਵੀ ਜਿੱਦਾਂ ਦਾ ਅਸੀਂ ਖਾਂਦੇ ਪੀਂਦੇ ਹਾਂ, ਵਧੀਆ ਰਹਿੰਦੇ ਹਾਂ, ਉੱਦਾਂ ਹੀ ਇਹ ਰਹਿੰਦੇ ਆ ਜੀ ਸਾਡੇ ਨਾਲ, ਫਰੈਂਡਲੀ ਪੂਰੇ ਪਰਿਵਾਰ ਦੇ ਵਿੱਚ ਰਹਿੰਦੇ ਆ ਇਹ, ਤਾਂ ਬਾਕੀ ਇਹ ਸ਼ੋਆਂ 'ਤੇ ਜਾਂਦੇ ਆ ਜੀ, ਮੰਨ ਕੇ ਚੱਲੋ ਇੰਡੀਆ ਦੇ ਵਿੱਚ ਜਿੰਨੇ ਵੀ ਜਾਂਦੇ ਆ, ਤਾਂ ਉੱਦਾਂ ਦਾ ਨੇਚਰ ਇਹਨਾਂ ਦਾ ਹੋ ਜਾਂਦਾ। ਅਣਬਣ ਵੀ ਹੋ ਜਾਂਦੀ ਹੋਊਗੀ ਖਾਣਾ ਪੀਣ ਪਿੱਛੇ ਹੋ ਜਾਂਦਾ ਜੀ, ਹਨਾ। ਤੇ ਉਵੇਂ ਫਿਰ ਦੇਖਣਾ ਪੈਂਦਾ ਵੀ ਆਪਾਂ ਆ ਇੱਧਰ ਦੋ ਇੱਧਰ ਕਰ ਲੈਂਦੇ ਹਾਂ, ਤਿੰਨ ਇੱਧਰ ਕਰ ਲੈਂਦੇ ਹਾਂ। ਤੇ ਜਿਹੜੇ ਜਿਹੜੇ ਪੰਜ ਆ, ਪੰਜਾਂ ਚੋਂ ਦੋ ਤਾਂ ਮੈਨੂੰ ਮੈਦਾ ਕਾਲੇ ਜੇ ਸੀਗੇ ਪਿਓਰ। ਹਾਂਜੀ, ਇੱਕ ਜਿਹੜਾ ਕਾਲੇ ਰੰਗ ਦਾ ਵੱਡਾ ਡੋਗ ਹੈ ਜੀ, ਉਹਦਾ ਬੱਚਾ ਹੀ ਹੈ ਸਾਡੇ ਕੋਲ, ਉਹ ਵੀ ਸ਼ੋਆਂ ਦੇ ਵਿੱਚ ਹਿਮਾਲੀਅਨ ਸ਼ੀਪ ਡੋਗ ਗੱਦੀ ਹੈ ਜੀ, ਉਹ ਵੀ ਸ਼ੋਆਂ ਦੇ ਵਿੱਚ ਬਹੁਤ ਵਧੀਆ ਜਿੱਤ ਰਿਹਾ ਇਸ ਵਾਰ, ਇਸ ਸੀਜ਼ਨ ਦੇ ਵਿੱਚ ਵਧੀਆ ਜਿੱਤਿਆ। ਤੇ ਦੋ ਆ ਗਏ ਵੱਡੇ ਬਲੈਕ ਐਂਡ ਟੈਨ ਜੀ, ਉਹ ਵੀ ਗੱਦੀ ਹੈ ਜੀ ਹਿਮਾਲੀਅਨ ਸ਼ੀਪ ਡੋਗ। ਤੇ ਇੱਕ ਆਪਣੇ ਕੋਲ ਆ ਗਿਆ ਜੀ ਤਿਪਤਨ ਮਾਸਟਰ, ਜਿਸ ਦੀਆਂ ਤੁਸੀਂ ਆ ਟਰੋਫੀਆਂ ਦੇਖ ਰਹੇ ਹੋ ਸਾਰੀਆਂ ਉਹਨੇ ਜਿੱਤੀਆਂ ਜੀ। ਹਾਂ, ਇਹ ਦੋ ਕੁ ਮਹੀਨੇ ਜੀ ਭੜਕਾ ਦਿੰਦੀਆਂ ਇਹਨਾਂ। ਹਾਂ, ਇਹ ਸੀਜ਼ਨ ਦੀਆਂ, ਇੱਕ ਸੀਜ਼ਨ ਦੀਆਂ ਟਰੋਫੀਆਂ ਇਹ, ਮਤਲਬ ਇੱਕ ਸੀਜ਼ਨ ਦੇ ਵਿੱਚ ਇੰਨਾ ਜਿੱਤ ਗਿਆ ਇਹ। ਜੇ ਆਪਾਂ ਗੱਲ ਕਰੀਏ ਤਾਂ ਪੂਰੇ ਇੰਡੀਆ ਦੇ ਜਿੰਨੇ ਵੀ ਸ਼ੋਅ ਹੋਏ ਜਿੱਥੇ ਤੇ ਅਸੀਂ ਲੈ ਕੇ ਗਏ, ਆਲ ਓਵਰ ਅੱਜ ਦੇ ਟਾਈਮ ਦਾ ਇਸ ਸੀਜ਼ਨ ਦਾ ਸਭ ਤੋਂ ਵੱਧ ਜਿੱਤਣ ਵਾਲਾ ਡੋਗ ਹੈ ਇਸ ਬਰੀਡ ਦੇ ਵਿੱਚ ਪੂਰੇ ਇੰਡੀਆ ਦਾ। ਯਾਰ ਉਹ ਹੁਣ ਮਤਲਬ ਯਾਰ ਜਿਹੜਾ ਤੁਸੀਂ ਸ਼ੋਆਂ 'ਤੇ ਜਾਂਦੇ ਆ, ਹਾਂਜੀ, ਸ਼ੋਆਂ 'ਤੇ ਸਿਰਫ ਮਤਲਬ ਐਸ਼ ਕਰੜਕੀ ਆ ਇਕੱਲਾ, ਮਤਲਬ ਨਾਮ ਨਗਦ ਤਾਂ ਹੁੰਦਾ ਨਹੀਂ? ਨਾਮ ਨਗਦ ਨਹੀਂ ਹੁੰਦਾ, ਬਸ ਉੱਥੇ ਇੱਕ ਇਹ ਹੁੰਦਾ ਕੇ ਸੀ ਏ ਦੇ ਸ਼ੋਆਂ 'ਤੇ ਇੱਕ ਸਰਟੀਫਿਕੇਟ ਦਿੰਦੇ ਆ, ਜਿਵੇਂ ਹੁਣ ਆਪਣਾ ਇਹ ਇੰਡੀਆ ਚੈਂਪੀਅਨ ਹੋ ਗਿਆ ਡੋਗ ਜੀ, ਅਤੇ ਜਿਹੜਾ ਇਹਦਾ ਫਾਦਰ ਹੈ ਉਹ ਗ੍ਰੈਂਡ ਚੈਂਪੀਅਨ ਹੈ, ਉਹ ਮੰਨ ਕੇ ਚੱਲੋ ਇੱਕ ਨਾ ਆਪਣੇ ਪਿੱਛੇ ਜੇ ਇੱਕ ਸ਼ੋਅ ਹੋਇਆ ਆਪਣੇ ਚੇਨਈ ਦੇ ਵਿੱਚ ਜੀ, ਤੇ ਉਹ ਸ਼ੋਅ ਆਪਣੇ ਮੰਨ ਕੇ ਚੱਲੋ ਉੱਥੇ ਪੂਰੇ ਭਾਰਤ ਦੇ ਡੋਗ ਪਹੁੰਚਦੇ ਆ,
ਤੇ ਉਹ ਸਾਰੇ ਜਿੰਨੇ ਉੱਥੇ ਪਹੁੰਚੇ ਉੱਥੇ ਉਹ ਵੈਸਟਰਨ ਸ਼ੋਅ ਲੱਗਿਆ ਜੀ। ਇਸ ਦਾ ਫਾਦਰ ਜਿਹੜਾ ਆਪਣਾ ਸ਼ੋਅ ਜਿੱਦਾਂ ਤਿੱਤਰ ਮਸਟਰ ਇਸ ਵਾਲੇ ਬੱਚਾ ਹੀ ਹੈ ਜੀ 11 ਮਹੀਨਿਆਂ ਦਾ, ਤੇ ਜਿਹੜਾ ਇਹਦਾ ਫਾਦਰ ਹੈ ਉਹ ਗ੍ਰੈਂਡ ਚੈਂਪੀਅਨ ਆ, ਉਹ ਪੂਰੇ ਮੰਨ ਕੇ ਚਲੋ ਵੀ ਸਭ ਤੋਂ ਇੰਡੀਆ ਦਾ ਵੱਡਾ ਸ਼ੋਅ ਜਿੱਤ ਕੇ ਆਇਆ ਉਹ। ਅੱਛਾ। ਤੇ ਜੈਪੁਰ ਵੀ ਇੱਕ ਬਹੁਤ ਵੱਡਾ ਸ਼ੋਅ ਹੁੰਦਾ, ਉੱਥੇ ਉਹ ਥੋੜ੍ਹੇ ਕੁ ਦਿਨ ਹੋ ਗਏ ਉੱਥੇ ਸੈਕਿੰਡ ਵੈਸਟਰਨ ਸ਼ੋਅ ਲੱਗਿਆ ਉਹ। ਤੇ ਜੈਪੁਰ ਗਏ? ਹਾਂ ਜੈਪੁਰ ਅਸੀਂ ਵੀ ਗਏ ਸੀ। ਹਾਂਜੀ। ਸ਼ੋਅ ਵਾਸਤੇ ਕੀ ਤਿਆਰੀ ਕਰਨੀ ਪੈਂਦੀ ਹੈ ਬਈ? ਸ਼ੋਅ ਵਾਸਤੇ, ਸ਼ੋਅ ਵਾਸਤੇ ਇਹਨਾਂ ਨੂੰ ਇੱਕ ਸਪੈਸ਼ਲ ਤਿਆਰ ਕਰਨਾ ਪੈਂਦਾ, ਕਿਉਂਕਿ ਜੱਜ ਉੱਥੇ ਰਿੰਗ ਦੇ ਵਿੱਚ ਵੇਖਦੇ ਵੀ ਕੁੱਤਾ ਅਗਰੈਸਿਵ ਤਾਂ ਨਹੀਂ। ਹਾਂਜੀ, ਉਹ ਤਾਂ ਮਾਲਕ ਦਾ ਕਹਿਣਾ ਮੰਨਦਾ ਜੀ। ਉਹਨਾਂ ਨੂੰ ਸਟੈਕ ਕਰਕੇ ਦੇਖਦੇ ਵੀ ਇਹਦੇ ਵਿੱਚ ਜਿਹੜੇ ਪੂਰੇ ਫੀਚਰ ਹੈਗੇ, ਇਹਨਾਂ ਦੀਆਂ ਲੱਤਾਂ ਬਾਹਾਂ ਬਿਲਕੁਲ ਸਹੀ ਹੈ, ਇਹਦੇ ਦੰਦ ਇਹਦੀ ਬਾਈਟ ਬਿਲਕੁਲ ਸਹੀ ਹੈ, ਇਹਦੀ ਕੋਟ ਕੰਡੀਸ਼ਨ ਸਹੀ ਹੈ, ਤੇ ਸਭ ਤੋਂ ਵੱਡੀ ਗੱਲ ਇਹ ਜਿਹੜੀ ਇਹਦੀ ਬਰੀਡ ਹੈ ਉਸ ਦੇ ਅਕੋਰਡਿੰਗ ਇਹ ਬਿਲਕੁਲ 100% ਪਰਫੈਕਟ ਹੈ। ਇਹ ਚੀਜ਼ਾਂ ਵੇਖਦੇ ਆ। ਤੇ ਜਿਹੜਾ ਕੋਟ ਆ ਇਹ ਇੰਨਾ ਕਿਵੇਂ ਬਚਦਾ ਯਾਰ? ਮਤਲਬ ਇਹ ਤਾਂ ਜੇ ਮੈਂ ਕਹਿੰਦਾ ਵੀ ਥੋੜੇ ਜਿਹੇ ਗਿੱਲੇ ਥਾਂ ਬਾਈ ਸਵੇਗ ਬੈਠ ਜਾਣ, ਜਾਂ ਮੈਨੂੰ ਲੱਗਦਾ ਵੀ ਜਾਂ ਇੱਕ ਇਹ ਤਾਂ ਸਾਰਾ ਚੜ ਜੂਗਾ ਜਾਂ ਜੁੱਟੀਆਂ ਬਣ ਜਾਣਗੀਆਂ। ਹਾਂਜੀ, ਕੇਅਰ ਕਰਨੀ ਪੈਂਦੀ ਆਪਣਾ ਹਾਂ ਮੁੰਡਾ ਜੀ ਇਹ ਕੈਨਲ ਸਾਰਾ ਇਹੀ ਦੇਖਦਾ, ਕਿਉਂਕਿ ਅਸੀਂ ਤਾਂ ਸ਼ੋਆਂ 'ਤੇ ਜਾਂਦੇ ਹਾਂ, ਬਾਕੀ ਹੋਰ ਖੇਤੀ ਦੇ ਕੰਮਾਂ 'ਚ ਰੁਝੇਵਿਆਂ 'ਚ ਰੁੱਝ ਜਾਂਦੇ ਹਾਂ, ਅਤੇ ਇਹ ਮੁੰਡਾ ਆਪਣੇ ਸਾਰਾ ਦਿਨ ਕੇਅਰ ਕਰਦਾ ਇਹਨਾਂ ਦੀ। ਹਰ ਰੋਜ਼ ਤਾਂ ਇਹਨਾਂ ਨੂੰ ਕੰਘਾ ਕਰਨਾ ਪੈਂਦਾ ਜੀ, ਠੀਕ ਹੈ, ਬੁਰਸ਼ ਵਗੈਰਾ ਕਰਨਾ ਪੈਂਦਾ, ਅਤੇ ਬਾਕੀ ਕੋਈ ਇੱਦਾਂ ਦੇ ਇੱਕ ਦੋ ਸਪਲੀਮੈਂਟ ਜਿਹੜੇ ਕੋਟ ਕੰਡੀਸ਼ਨ ਚੰਗੀ ਰਹੇ ਇਹਨਾਂ ਦੀ ਉਹ ਦੇਣੇ ਪੈਂਦੇ ਆ। ਅਤੇ ਗਰਮੀ 'ਚ ਬਚਿਆ ਰਹੂਗਾ ਕੋਟ? ਹਾਂ, ਗਰਮੀ ਦੇ ਵਿੱਚ ਹੀ ਉਹ ਆਪਣੇ 'ਤੇ ਆਪਾਂ ਏ ਸੀ 'ਚ ਰੱਖਣਾ, ਕੂਲਰ 'ਚ ਰੱਖਣਾ, ਕਿਉਂਕਿ ਗਰਮੀ ਆਪਣੀ ਥੋੜ੍ਹੀ ਜ਼ਿਆਦਾ ਪੈਂਦੀ ਹੈ। ਇੱਕ ਗੱਲ ਮੈਂ ਐਡ ਕਰਨਾ ਚਾਹੁੰਦਾ ਵੀ ਜਿਵੇਂ ਇਹ ਜਿਹੜੀਆਂ ਸਾਰੀਆਂ ਗੱਲਾਂ ਸ਼ੋਅ ਵਾਸਤੇ ਆ ਵੀ ਜੇ ਆਪਾਂ ਸ਼ੋਅ ਲਈ ਤਿਆਰ ਕਰਦੇ ਹਾਂ, ਮਤਲਬ ਜਿਵੇਂ ਹੁਣ ਆਪਾਂ ਰੂਟੀਨ ਦੇ ਵਿੱਚ ਬੰਦਾ ਰਾਖੀ ਨੂੰ ਰੱਖਦਾ ਜਾਂ ਵੈਸੇ ਰੱਖਦਾ ਵੀ ਉਹਦੇ ਵਾਸਤੇ ਮਤਲਬ ਇਹ ਨਹੀਂ ਹੈਗਾ ਕਿ ਇਹਨਾਂ ਦੇ ਕੋਟ ਵੀ ਬਿਲਕੁਲ ਖਰਾਬ ਹੋ ਜਾਂਦਾ ਜਾਂ ਝੜ ਜਾਂਦਾ, ਵੀ ਉਹ ਜਿਹੜੇ ਗੱਦੀ ਹੈ ਨਾ ਇੰਡੀਅਨ ਮਤਲਬ ਕਲਾਈਮੇਟ ਦੇ ਨਾਲ ਇਹਨਾਂ ਦਾ ਤੁਸੀਂ ਕਹਿ ਲਓ ਵੀ ਇਹ ਕੋਈ ਐਂ ਨਹੀਂ, ਬਹੁਤ ਬਰੀਡ ਦੇ ਹੁੰਦਾ ਕਿ ਪਾਣੀ ਲੱਗ ਜੇ ਕੋਟ ਦੇ ਥੱਲੇ ਜ਼ਖਮ ਹੋ ਜਾਂਦੇ ਆ, ਮਤਲਬ ਉਹਦੇ ਨਾਲ ਸਕਿਨ ਖਰਾਬ ਹੋ ਜਾਂਦੀ ਹੈ, ਇਹਨਾਂ ਦੇ ਵਿੱਚ ਇਹੋ ਜਿਹੀ ਕੋਈ ਦਿੱਕਤ ਨਹੀਂ ਆਉਂਦੀ। ਜੇ ਮਾੜਾ ਮੋਟਾ ਗਿੱਲੀ ਬੋਰੀ ਤੇ ਜਾਨਵਰ ਬਹਿ ਗਿਆ ਤਾਂ ਕੋਈ ਏਡੀ ਗੱਲ ਵੀ ਨਹੀਂ, ਕਿਉਂਕਿ ਇੰਡੀਅਨ ਬਰੀਡ ਆ ਜੀ ਇਹ, ਆਪਣੇ ਇੱਧਰ ਕਲਾਈਮੇਟ ਦੇ ਵਿੱਚ ਇਹ ਸਰਵਾਈਵ ਕਰ ਚੁੱਕੇ ਆ, ਕਿਉਂਕਿ ਆਪਣੇ ਤੁਸੀਂ ਦੇਖੋ ਵੀ ਬਰਸਾਤ ਵੀ ਹੁੰਦੀ ਹੈ, ਮੀਂਹ ਪੈਂਦੇ ਹੈ, ਤੇ ਬਹੁਤ ਜ਼ਿਆਦਾ ਆਪਣੇ ਸਰਦੀ ਪੈਂਦੀ ਹੈ, ਠੰਡ ਬਹੁਤ ਜ਼ਿਆਦਾ ਹੁੰਦੀ, ਹੁਣ ਪਿਛਲੇ ਦਿਨ ਕਿੰਨੀ ਠੰਡ ਪਈ ਤੇ ਆਪਣੇ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ, ਉਹ ਉੱਦਾਂ ਆਪਦੇ ਆਪ ਨੂੰ ਢਾਲ ਚੁੱਕੇ ਆ ਆਪਣੇ ਇਹ ਡੋਗ ਇੱਥੇ। ਹਾਂ ਵੀ ਇਹ ਆਪਾਂ ਕਹਿ ਸਕਦੇ ਹਾਂ ਵੀ ਜੇ ਮੰਨ ਕੇ ਚਲੋ ਵੀ ਦੇਖੋ ਹਰ ਬੰਦੇ ਨੇ ਤਾਂ ਸ਼ੋਅ ਨਹੀਂ ਲੜਨਾ। ਹਾਂਜੀ ਹਾਂਜੀ, ਹਰ ਬੰਦੇ ਨੇ ਤਾਂ ਬਹੁਤ ਬੰਦੇ ਆ ਜਿਹੜੇ 99% ਤਾਂ ਇਹੀ ਆ ਕਿ ਜਿਹੜੇ ਘਰੇ ਸ਼ੌਂਕ ਨਾਲ ਇੱਕ ਜਾਂ ਜੋੜਾ ਰੱਖਦੇ ਆ, ਤੇ ਉਹਨਾਂ ਲਈ ਤਾਂ ਮਤਲਬ ਕਹਿਣ ਤੋਂ ਭਾਵ ਵੀ ਜਾਨਵਰ ਰੱਖ ਲਿਆ, ਹਰ ਰੋਜ਼ ਕੰਘਾ ਕਰੀ ਜਾਓ, ਤੇ ਜੇ ਆਪਾਂ ਕੂਲਰ ਵਗੈਰਾ ਏ ਸੀ ਨਹੀਂ ਵੀ ਲਾ ਕੇ ਦਿੰਦੇ ਤਾਂ ਜਾਨਵਰ, ਮੈਂ ਬਥੇਰਿਆਂ ਦੇ ਟਰਾਲੀਆਂ ਦੇ ਥੱਲੇ ਬੈਠੇ ਦੇਖਿਆ। ਨਹੀਂ ਤੁਹਾਨੂੰ ਮੈਂ ਦੱਸਦਾ ਵੀ ਜਿਹੜਾ ਆਪਣੇ ਠੰਡਾ ਥਾਂ ਹੋਵੇ ਵੀ ਜਿਵੇਂ ਦਰਖਤਾਂ ਦੀ ਛਾਂ ਹੁੰਦੀ ਆ, ਉੱਥੇ ਠੰਡਾ ਥਾਂ ਹੁੰਦਾ ਮਤਲਬ ਪਾਣੀ ਪਾਣੀ ਦਾ ਛਿੜਕਾਅ ਕੀਤਾ ਹੋਵੇ ਉੱਥੇ ਬੈਠ ਜਾਣ, ਤੇ ਜੇ ਮਤਲਬ ਵੀ ਕੂਲਰ ਵਗੈਰਾ ਲਾਉਣਾ ਉਹ ਆਪਣੀ ਮਰਜ਼ੀ ਆ ਵੀ ਕੂਲਰ ਲਾ ਦੇਣ, ਉਹਦੇ ਨਾਲ ਹੋਰ ਜਾਨਵਰ ਸੌਖੇ ਰਹਿੰਦੇ, ਪਰ ਇਹ ਨਹੀਂ ਹੈਗਾ ਕਿ ਇਹਨਾਂ ਨੂੰ ਵੀ ਕੂਲਰ ਹੋ ਗਿਆ ਵੀ ਉਹ ਜ਼ਰੂਰਤ ਹੀ ਜ਼ਰੂਰਤ ਹੈ ਯਾਰ। ਇਹਦੀ ਤਾਂ ਤੱਕਣੀ ਚੀਜ਼ ਐਸਤਾ ਵੀ ਮਤਲਬ ਜੇ ਮੰਨ ਲਓ ਨਾ ਬੈਠਾ ਕਈ ਵਾਰੀ ਕਿਸੇ ਦੇ ਘਰੇ ਜਾਂਦੇ ਆ ਵੀ ਐਂ ਅੱਖਾਂ ਵਿੱਚ ਹੀ ਬੈਠਾ ਤੇ ਐਂ ਨੰਗੇ ਇਹਨਾਂ ਨੇ ਐਂ ਝਾਕ ਪਿਆ ਅੱਖਾਂ ਪੱਟ ਕੇ, ਬਸ ਕੋਈ ਭੌਂਕਣ ਦੀ ਲੋੜ ਨਹੀਂ, ਇਹਦਾ ਹੀ ਰੁਤਬਾ ਹੀ ਇਹਦੇ ਪੈਰ ਆ ਜਿਹੜੇ ਉਹ ਆਟੋਮੈਟਿਕ ਰੋਕ ਇਹ ਦੇਖੇ ਇਹਨਾਂ ਦੀ ਨਾ ਇੱਕ ਸ਼ੇਰ ਦੀ ਤਰ੍ਹਾਂ ਲਵੈਣ ਦੀ ਤਰ੍ਹਾਂ ਵੀ ਇਹ ਸ਼ੇਰ ਲੱਗਦੇ ਆ ਬੈਠੇ, ਹਾਂ ਤੇ ਦੇਖੀਏ ਇੰਨੀ ਇਹਨਾਂ ਦੀ ਲੱਗਦੀ ਹੈ ਬੰਦੇ ਨੂੰ ਤੇ ਰੁਕ ਜਾਂਦਾ ਦੇਖ ਕੇ ਬੰਦਾ। ਹਾਂ ਵੀ ਸਾਹਮਣੇ ਵਾਲੇ ਬੰਦੇ ਦਾ ਇੱਕ ਵਾਰੀ ਤਾਂ ਪੈਰ ਕੰਬੂਗਾ ਜਦੋਂ ਬਸ ਸਿਰਫ ਉਹਨੇ ਅੱਖ ਪੱਟੀ ਅੱਖ ਪੱਟੀ। ਹਾਂ ਰਾਖੀ ਦੇ ਪਰਪਸ ਵਾਸਤੇ ਤਾਂ ਬਹੁਤ ਚੰਗੇ ਮਤਲਬ ਡੌਗ ਦਾ ਜੀ ਇਹ, ਰਾਖੀ ਨੂੰ ਤਾਂ ਮਤਲਬ ਰਾਤ ਨੂੰ ਫੁੱਲ ਐਕਟਿਵ ਹੁੰਦੇ ਆ, ਮੇਨ ਪਲੱਸ ਪੁਆਇੰਟ ਇਹ ਲਾ ਲਓ ਕਿ ਸਿਆਲਾਂ ਦੇ ਵਿੱਚ ਠੰਡ ਪੈਂਦੀ ਆ
ਘਰੋ ਘਰੀ ਹਰ ਬੰਦਾ ਆਪਦੀ ਰਜਾਈ ਲੈ ਕੇ ਅੰਦਰ ਵੜ ਜਾਂਦਾ, ਇਹਨਾਂ ਨੇ ਵਿਹੜੇ ਚ ਬੈਠਣਾ। ਇਹ ਮਸਤ ਦਾ, ਇਹ ਮਸਤ ਇਹਦਾ ਜੀ, ਜੇ ਉਹਨਾਂ ਨੂੰ ਮੰਨ ਕੇ ਕੋਈ ਬੋਰੀ ਵਗੈਰਾ ਤੇ ਬਿਠਾ ਦੇਣਗੇ ਜਾਂ ਪੰਦਰ ਕਰ ਦੇਣਗੇ ਇਹਨਾਂ ਦੇ, ਬਾਹਰ ਜਾ ਕੇ ਬੈਠੋ। ਇਹ ਜਿਹੜੀ ਧੁੰਦ ਪੈਂਦੀ ਹੈ, ਤਰੇਲ ਪੈਂਦੀ, ਇਹ ਤਾਂ ਮਸਤ ਹੈ, ਉਹਦੇ ਵਿੱਚ ਵਧੀਆ ਰਹਿੰਦਾ, ਸਵਾਦ ਆਉਂਦਾ ਇਹਨੂੰ। ਹਾਂਜੀ ਹਾਂਜੀ, ਵਿਹੜੇ ਦੇ ਵਿੱਚ ਹੋ ਕੇ ਬੈਠਦਾ ਤੇ ਉਹਦੇ ਨਾਲ ਰਾਖੀ ਦਾ ਪਰਪਸ ਆਪਣਾ ਫੇਰ ਹੁੰਦਾ ਵੀ ਆਪਾਂ ਕੁੱਤਾ ਰੱਖਿਆ, ਜੇ ਆਪਾਂ ਉਹਨੂੰ ਸਾਂਭਣਾ ਪਿਆ ਜੇ ਫਿਰ ਕੁੱਤਾ ਰੱਖੇ ਦਾ ਫਾਇਦਾ ਕੀ ਯਾਰ? ਇਹ ਤਾਂ ਮੈਂ ਦੇਖਿਆ ਵੀ ਇੱਕ ਦਿਨ ਮੈਂ ਇੱਕ ਬੰਦੇ ਦੇ ਮਿੱਤਰ ਦੇ ਘਰੇ ਹਰਿਆਣੇ ਗਿਆ ਤੇ ਉਹ ਨਾ ਇਹ ਮੈਂ ਲੰਘਣ ਲੱਗਿਆ, ਉਹ ਮੇਰੇ ਲਈ ਝਾਕਿਆ, ਫਿਰ ਉਦੋਂ ਬਾਅਦ ਉਹਨੇ ਬਸ ਨਾ ਆਈ ਕੀਤਾ, ਮੈਂ ਰੁਕ ਗਿਆ। ਚਲੋ ਉਹਦੇ ਨੂੰ ਆ ਗਿਆ ਬੰਦਾ ਤੇ ਮੈਨੂੰ ਲੈ ਗਿਆ। ਮੈਂ ਕਿਹਾ ਯਾਰ ਜ਼ਿਆਦਾ ਨਹੀਂ ਭੌਂਕਿਆ, ਉਹ ਮੈਨੂੰ ਕਹਿੰਦਾ ਬਸ ਇਹਨੂੰ ਪਤਾ ਲੱਗ ਗਿਆ ਵੀ ਤੂੰ ਇੰਨੇ ਕੁ ਜੋਗਾ ਹੀ ਆ, ਤੈਨੂੰ ਇੰਨਾ ਹੀ ਬਹੁਤ ਆ। ਸਭ ਤੋਂ ਵੱਡੀ ਗੱਲ ਤੁਹਾਨੂੰ ਦੱਸਦੇ ਜੀ, ਇਹ ਨਾ ਮੰਨ ਕੇ ਹੋਰ ਬਰੀਡਾਂ ਬਹੁਤ ਰੱਖ ਕੇ ਵੇਖ ਲਈਆਂ, ਇਹ ਜਿਵੇਂ ਕਈ ਡੌਗ ਹੁੰਦੇ ਲਗਾਤਾਰ ਭੌਂਕੀ ਜਾਣਾ ਬੰਦੇ ਨੂੰ, ਇਹਨਾਂ ਨੇ ਬਸ ਇੱਕ ਵਾਰੀ ਦੇਖਣਾ ਬੰਦਾ ਆ ਰਿਹਾ ਤੁਹਾਨੂੰ ਇਹ ਕੀਰਾਂ ਭੌਂਕਣਗੇ। ਜਿਹਨੂੰ ਲੱਗਿਆ ਇਹ ਬੰਦਾ ਗਲਤ ਹੈ, ਦਿਮਾਗ ਬਹੁਤ ਹੁੰਦਾ ਇਹਨਾਂ ਦਾ, ਤਾਂ ਫਿਰ ਅਟੈਕ ਕਰਨਗੇ। ਨਹੀਂ ਇਹਨਾਂ ਨੇ ਮੰਨ ਕੇ ਚਲੋ ਇਹ ਬੰਦਾ ਆਪਣੇ ਨਾਲ ਆ ਕੇ ਬੈਠ ਗਿਆ, ਹੱਥ ਮਿਲਾ ਲਿਆ, ਫਿਰ ਚਾਹੇ ਉਹ ਲਈ ਫਿਰ ਇਹਨਾਂ ਨੂੰ। ਕਿੰਨੇ ਚਿਰ ਦਾ ਬੱਚਾ ਬਾਈ ਤਿਆਰ ਹੋ ਜਾਂਦਾ, ਪੂਰਾ ਘੈਂਟ ਬਣ ਜਾਂਦਾ ਜਿਵੇਂ ਤੇਰੇ ਕੋਲ ਏਡੇ ਏਡੇ ਆ, ਇਹ ਜਿਹੜੇ ਨਿੱਕੇ ਨਿੱਕੇ ਬੱਚੇ ਉਹ ਕਿੰਨੇ ਚਿਰ ਚ ਏਡੇ ਏਡੇ ਬਣ ਜਾਣਗੇ? ਉਹ ਤਾਂ ਜੀ 45-50 ਦਿਨਾਂ ਦੇ ਬੱਚੇ ਹੈ ਜੀ, ਤੇ ਵੈਸੇ ਮੰਨ ਕੇ ਚਲੋ ਵੀ ਜੇ ਪੂਰਾ ਅਡਲਟ ਇਹ 3 ਸਾਲ ਦਾ ਹੁੰਦਾ ਹੈ, ਤੇ ਜਿਹੜਾ ਆਪਣਾ ਆਹ ਡੌਗ ਆਪਾਂ ਸ਼ੋਅ ਕਰਦੇ ਹਾਂ ਇਹ ਹੁਣ 11 ਮਹੀਨਿਆਂ, ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ ਇਹ 11 ਮਹੀਨਿਆਂ ਦਾ ਬੱਚਾ ਹੈ ਜੀ। ਅੱਛਾ, ਉਹ ਤਾਂ 11 ਮਹੀਨੇ ਦਾ ਬੱਚਾ ਹੀ ਆ, ਬੱਚਾ ਹੈ ਜੀ 11 ਮਹੀਨਿਆਂ ਦਾ ਜੀ, ਉਹਨੇ ਬਣਨਾ ਪੂਰਾ ਜਵਾਨ ਹੋਣਾ, ਉਹ 3 ਸਾਲਾਂ ਚ ਪੂਰਾ ਆਪਦੀ ਮੰਨ ਕੇ ਜਿਹੜੀ ਬੋਡੀ ਸ਼ੇਪ ਜਿਹੜੀ ਹੁਣ ਲੈਣੀ ਆ 3 ਸਾਲਾਂ ਚ ਲਊਗਾ ਆਪਦੀ। ਉਹ 3 ਸਾਲ ਬੜੇ ਆਰਾਮ ਨਾਲ ਹੀ ਲੱਗ ਜਾਂਦੇ ਆ, ਪਹਿਲਾਂ ਗਰੋਥ ਹੁੰਦੀ ਹੈ, ਹਾਈਟ ਵੱਧਦੀ ਹੈ ਨਾ ਜੀ, ਹਾਈਟ ਵਗੈਰਾ ਵੱਧ ਕੇ ਇਦੋਂ ਬਾਅਦ ਫੇਰ ਮਤਲਬ ਜਿਵੇਂ ਕਹਿ ਲਓ ਵੀ ਬੋਨ ਸਾਈਜ਼ ਹੋ ਗਿਆ, ਹੈਡ ਸਾਈਜ਼ ਹੋ ਗਿਆ, ਸਾਰਾ ਕੁਝ ਫੇਰ ਮਤਲਬ ਉਹ ਚੀਜ਼ ਤੇ ਮਤਲਬ ਸਾਰੇ ਸਰੀਰ ਦੇ ਵਿੱਚ ਚੌੜਾਪਣ ਆਉਂਦਾ, ਉਹ 2.5-3 ਸਾਲ ਲੈ ਜਾਂਦੇ ਬੜੇ ਆਰਾਮ ਨਾਲ। ਬਈ ਇਲਾਕਾ ਕਦੋਂ ਤੋਂ ਸਮਝਣ ਲੱਗ ਜਾਂਦਾ ਜਾਨਵਰ, ਮਤਲਬ ਕਿੰਨੀ ਕੁ ਉਮਰ ਤੋਂ ਥੋੜ੍ਹਾ ਜਿਹਾ ਆਏ ਗਏ ਲਈ ਅਗਰੈਸਿਵ ਹੋਣਾ ਸ਼ੁਰੂ ਹੋ ਜਾਂਦਾ, ਥੋੜ੍ਹੀ ਜਿਹੀ ਅਲਰਟ ਕਰਨਾ ਸ਼ੁਰੂ ਕਰ ਦਿੰਦਾ ਮਾਲਕ ਨੂੰ ਵੀ ਬਗਾਨਾ ਬੰਦਾ ਆਇਆ, ਕਦੋਂ ਕਦੋਂ ਲੱਗ ਜਾਂਦਾ? ਬਸ 6-7 ਮਹੀਨਿਆਂ ਤੋਂ ਬਾਅਦ ਜੀ ਰਖਵਾਲੀ ਆਪਦੀ ਸ਼ੁਰੂ ਕਰ ਦਿੰਦਾ। ਜਿਵੇਂ ਜਿਵੇਂ ਹੁਣ ਬੱਚੇ ਸੀ ਉਹ ਤਾਂ ਮੇਰੇ ਨਾਲ ਵੀ ਖੇਡੀ ਜਾਂਦੇ, ਵੀ ਮਤਲਬ ਆਪਣੇ ਬਗਾਨੇ ਦਾ ਫਰਕ ਜਾ 6 ਮਹੀਨਿਆਂ ਤੋਂ ਕਰਨ ਲੱਗ ਜਾਂਦਾ, 6 ਮਹੀਨੇ ਇਹਨਾਂ ਨੂੰ ਸਮਝ ਆਉਣ ਲੱਗ ਪੈਂਦੀ ਹੈ। ਹਾਂ, ਜਿਵੇਂ ਆ ਬਈ ਤੁਹਾਡੇ ਇੰਨੇ ਫਰੈਂਡਲੀ ਆ, ਹਾਂਜੀ ਥੋੜਾ ਬਹੁਤਾ ਤਾਂ ਰੱਖਦੇ ਹੋਣਗੇ ਫਰਕ, ਜਦੋਂ ਮਤਲਬ ਓਪਰਾ ਬੰਦਾ ਕੱਲਾ ਫਿਰਦਾ ਵਿਹੜੇ ਚ ਉਦੋਂ ਤਾਂ ਰੱਖਦੇ ਹੋਣਗੇ, ਉਦੋਂ ਰੱਖਦੇ ਆ ਜੀ ਫਰਕ ਤਾਂ, ਉਦੋਂ ਪੂਰਾ ਹੀ ਰੱਖਦੇ ਫਰਕ। ਦੱਸਾਂ ਕੀ ਹੈ ਵੀ ਸਮਝਦਾ ਰਹਿੰਦੇ ਆ, ਜਦੋਂ ਮੰਨ ਲਓ ਕੋਈ ਗੇਟ ਤੋਂ ਐਂਟਰ ਕਰ ਗਿਆ, ਮੰਨ ਲਓ ਇਧਰੋਂ ਇਹਨੇ ਮਾਲਕ ਨੂੰ ਦੇਖ ਲਿਆ, ਨਿਕਲਿਆ, ਫਿਰ ਇਹਦਾ ਕੰਮ ਖਤਮ ਹੋ ਜਾਣਾ, ਫਿਰ ਇਹਦਾ ਕੰਮ ਖਤਮ ਹੈ, ਫਿਰ ਨਹੀਂ ਇਹਨੇ ਮਤਲਬ ਵੀ ਨਾ ਤਾਂ ਇਹਨੇ ਖੋਰੂ ਪਾਉਣਾ ਨਾ ਕੁਛ ਕਰਨਾ, ਜਦੋਂ ਮਤਲਬ ਕੋਈ ਘਰ ਦਾ ਮੈਂਬਰ ਹੀ ਨਹੀਂ ਦੇਖਦਾ ਫਿਰ ਕੋਈ ਆਉਂਦਾ, ਫਿਰ ਤਾਂ ਦੇਖੋ ਉਹਦਾ ਕੰਮ ਹੀ ਹੈ। ਹਾਂ, ਫਿਰ ਉਹ ਕਹੂਗਾ ਵੀ ਤੂੰ ਇੰਤਜ਼ਾਰ ਕਰ, ਇੱਥੇ ਰੁਕ, ਜੇ ਤੈਨੂੰ ਮਾਲਕਾਂ ਨੇ ਅਲਾਓ ਕੀਤਾ ਤਾਂ ਫਿਰ ਮੈਂ ਤੈਨੂੰ ਕੁਛ ਨਹੀਂ ਆਉਂਦਾ, ਜੇ ਭਾਈ ਮਾਲਕ ਨਹੀਂ ਅਲਾਓ ਕਰਦੇ ਫਿਰ ਬੰਦੇ ਦਾ ਪੁੱਤ ਬਣ ਜਾ ਫਿਰ ਮੈਂ ਹੈਗਾ, ਹਨਾ? ਇਹ ਤਾਂ ਯਾਰ ਟਰਾਲੀ ਟਰੂਲੀ ਨਾ ਕਈ ਵਾਰੀ ਕਿਸੇ ਦੇ ਬੰਨੇ ਹੁੰਦੇ, ਝਟਕਾ ਮਾਰਦੇ ਗਿੱਠ ਗਿੱਠ ਟਰਾਲੀ ਹਟਾ ਹਲਾ ਦਿੰਦੇ, ਸਹੀ ਗੱਲ ਹਨਾ, ਜਾਨ ਬੜੀ ਹੁੰਦੀ ਹੈ ਜੀ, ਬਾਲਾ ਬਾਲਾ ਪਾਵਰਫੁਲ ਯਾਰ, ਕਿੰਨਾ ਭਾਰਾ ਹੋ ਜਾਂਦਾ, ਤੁਸੀਂ ਤਾਂ ਤੋਲਦੇ ਤਾਲਦੇ ਵੀ ਮੈਂ ਦੇਖਿਆ ਕੰਡੇ ਰੱਖੇ ਹੋਏ, ਵੱਧ ਤੋਂ ਵੱਧ ਪੂਰਾ ਜਦੋਂ ਵਜਨ ਇਹਨਾਂ ਪੂਰਾ ਕਰਦੇ ਆ ਤਾਂ ਮੰਨ ਕੇ 80 ਕਿਲੋ ਤੱਕ ਚਲੇ ਜਾਂਦੇ ਆ, ਪੂਰੇ ਹੈਵੀ ਹੋ ਜਾਂਦੇ ਜਦੋਂ। 80 ਕਿਲੋ? ਹਾਂ, ਆਪਣੇ ਕੋਲ ਜਿਹੜਾ ਡੌਗ ਸੀਗਾ ਜਿਵੇਂ ਤਾਂ ਗੱਲ ਦੱਸੀ ਉਹਨੂੰ ਰੋਜਰ ਜੀ ਜੀ, ਉਹ 80 ਕਿਲੋ ਦਾ ਸੀਗਾ ਜੀ, ਉਹ 80 ਕਿਲੋ ਵੇਟ ਸੀ ਉਹਦਾ, ਤੇ ਜਿਵੇਂ ਹੁਣ ਆਪਣਾ 11 ਮਹੀਨਿਆਂ ਦਾ ਬੱਚਾ ਜਿਹੜਾ ਸ਼ੋਅ ਕਰਦੇ ਆ 50 ਕਿਲੋ ਦਾ ਜੀ ਹੁਣ, ਵੀ ਮੰਨ ਕੇ ਜੇ ਇਹਨੂੰ ਆਪਾਂ ਸ਼ੋਅ ਵਾਲੇ ਪਰਪਸ ਦੇ ਨਾਲ ਨਾ ਦੇਖੀ, ਉਹ ਸ਼ੌਂਕ ਨੂੰ ਘਰੇ ਰੱਖਣਾ ਤਾਂ ਇਹ ਵੀ 80 ਕਿਲੋ ਦਾ ਹੋਜੂ, ਪਰ ਸ਼ੋਅ ਦੇ ਵਿੱਚ ਕੀ ਹੁੰਦਾ ਉਹ ਚਾਲ ਵੇਖਦੇ ਆ, ਉਹਦੇ ਲਈ ਆਪਾਂ ਨੂੰ ਮੇਨਟੇਨ ਕਰਕੇ ਰੱਖਣਾ ਪੈਂਦਾ ਡੌਗ ਨੂੰ, ਵੀ ਥੋੜ੍ਹਾ ਜਿਹਾ ਵਜ਼ਨ ਜਿਹੜਾ ਤੋਲਦੇ ਆ ਉਹ ਫਿਰ ਤੁਸੀਂ ਐਵੇਂ ਤੋਲਦੇ ਆ ਵੀ ਜਾਨਵਰ ਟੁੱਟ ਤਾਂ ਨੀ ਚੱਲਿਆ? ਹਾਂਜੀ, ਪਤਾ ਲੱਗਦਾ ਵੀ ਵਜਨ ਤਾਂ ਨੀ ਘੱਟ ਹੋ ਰਿਹਾ, ਜੇ ਵਜਨ ਘੱਟ ਹੁੰਦਾ ਫਿਰ ਉਦਾਂ ਹੀ ਡਾਇਟ ਸ਼ੁਰੂ ਕਰ ਦਿੰਦੇ ਆ, ਜੇ ਜ਼ਿਆਦਾ ਹੁੰਦਾ ਫਿਰ ਥੋੜ੍ਹੀ ਘਟਾ ਦਿੰਦੇ ਆ।
ਠੀਕ ਹੈ, ਤੇ ਇੱਕ ਯਾਰ ਦੇਖਣ ਨੂੰ ਐਂ ਲੱਗਦਾ ਵੀ ਇਹ ਤਾਂ ਛਾਬਾ ਰੋਟੀਆਂ ਦਾ ਖਾ ਜਾਂਦਾ ਹੋਊਗਾ ਵੀ ਖੁਰਾਕ ਆਮ ਜਾਨਵਰ ਜਿੰਨੀ ਆ ਬਹੁਤ ਜ਼ਿਆਦਾ ਆਮ ਜਿੰਨੀ। ਇਹ ਵੀ ਸਾਡੇ 'ਚ ਇੱਕ ਵਹਿਮ ਸੀ ਜੀ ਵੀ ਸਾਨੂੰ ਪਹਿਲਾਂ ਜਦੋਂ ਅਸੀਂ ਮਨ ਕੇ ਜਦੋਂ ਸੋਚਦੇ ਹੁੰਦੇ ਵੀ ਬਹੁਤ ਖਾਂਦੇ ਹੋਣਗੇ, ਪਰ ਜੋ ਆਪਾਂ ਇਹ ਚੀਜ਼ ਨੂੰ ਰੱਖਦੇ ਹਾਂ ਨਾ ਆਮ ਜਿਹੜੀਆਂ ਬਰੀਡਾਂ ਓਨਾ ਹੀ ਖਾਂਦੇ ਆ, ਉਹਨਾਂ ਨੂੰ ਘੱਟ ਹੀ ਖਾਂਦੇ ਹੋਣਗੇ। ਉਹ ਹੀ ਮਤਲਬ ਬਲਕੀ ਲੋਕੀ ਬਲਕੀ ਆ ਮਤਲਬ ਇਹਨੂੰ ਲੱਗਦੀ ਹੋਈ ਆ ਖਰਾਬ। ਹੁਣ ਇਹਨਾਂ ਨੂੰ ਤੁਸੀਂ ਇਹ ਦੇਖੋ ਜੀ, ਆਪਾਂ ਸੁਬਾਹ ਤਾਂ ਚਲੋ ਦਹੀਂ ਵਗੈਰਾ ਪਾਉਣੇ ਜਿੰਨੀ ਖਾ ਲੈਣੇ, ਤੇ ਨਹੀਂ ਇਹਨਾਂ ਨੂੰ ਇੱਕ ਟਾਈਮ ਖਾਣਾ ਪੈਂਦਾ ਤੇ ਇੱਕ ਟਾਈਮ ਸੁਬਾਹ ਦਹੀਂ ਪੈਂਦੀ ਹੈ, ਦੁਪਹਿਰੇ ਥੋੜੀ ਬਹੁਤ ਫੀਡ ਜੇ ਇਹ ਜੇ ਭੁੱਖ ਇਹਨਾਂ ਨੂੰ ਲੱਗੇ ਤਾਂ। ਕਈ ਵਾਰ ਦਹੀਂ ਜ਼ਿਆਦਾ ਖਾ ਲਈ ਮਨ ਤਾਂ ਫਿਰ ਭੁੱਖ ਨਹੀਂ ਲੱਗਦੀ, ਘੱਟ ਤਾਂ ਫਿਰ ਸ਼ਾਮ ਨੂੰ ਦਿੰਦੇ ਹਾਂ ਜੀ। ਇਹ ਨਹੀਂ ਵੀ ਮਨ ਕੇ ਬਾਹਲੀ ਜ਼ਿਆਦਾ ਖੁਰਾਕ ਦਿੰਦੇ, ਦੋ ਟਾਈਮ ਦਿੰਦੇ ਹਾਂ ਅਤੇ ਜੇ ਥੋੜ੍ਹਾ ਲੱਗੇ ਸਾਨੂੰ ਫਿਰ ਤਿੰਨ ਟਾਈਮ ਦੇ ਦਿੰਦੇ ਭੁੱਖ ਲੱਗੇ ਤਾਂ। ਢਿੱਲੇ ਕਿੰਨੇ ਕੁ ਹੁੰਦੇ ਆ? ਨਹੀਂ ਇਹਨਾਂ ਨੂੰ ਇਹ ਵੀ ਬੜਾ ਪਲੱਸ ਪੁਆਇੰਟ ਆ ਵੀ ਗੱਲ ਉਹੀ ਆ ਜਾਂਦੀ ਹੈ ਵੀ ਜਿਹੜੀ ਜਿੱਥੋਂ ਦੀ ਬਰੀਡ ਹੋਵੇ ਇਹ ਬੜੇ ਰਫ ਦੇ ਟਫ ਮਤਲਬ ਨਾ ਛੇਤੀ ਪਰਵਾਹ ਨਹੀਂ ਕਰਦੇ, ਬਿਮਾਰ ਨਾ ਨਾ ਬਿਮਾਰ ਬਿਲਕੁਲ ਨਹੀਂ ਹੁੰਦੇ, ਬਹੁਤ ਘੱਟ ਗੱਦੀ ਤਾਂ ਖਾਸ ਕਰਕੇ ਮਤਲਬ ਵੀ ਬਿਮਾਰ ਵਾਲਾ ਤਾਂ ਮਤਲਬ ਬਹੁਤ ਰੇਅਰ ਮਤਲਬ ਚਾਂਸ ਹੁੰਦਾ ਕਿ ਲੋਡ ਪੈਂਦੀ। ਸਾਡੇ ਵੱਡੇ ਡੌਗ ਆਪਣੇ ਅੱਜ ਤੀਕ ਆਪਾਂ ਨੇ ਟੀਕਾ ਲਵਾ ਕੇ ਦੇਖਿਆ ਜੀ, ਬਿਮਾਰ ਹੋਈ ਨਹੀਂ ਕਦੇ ਬਿਮਾਰ। ਹੋਰ ਬਰੀਡਾਂ ਜਿਵੇਂ ਜਿਹੜੀਆਂ ਕਹੋ ਫੋਰਨ ਦੀਆਂ ਬਰੀਡਾਂ ਜੀ, ਉਹ ਜਦੋਂ ਇੱਧਰ ਆਈਆਂ ਤੇ ਉਹਨਾਂ ਨੇ ਸਰਵਾਇਵ ਉਹਨੇ ਕਲਾਈਮੇਟ ਦੇ ਵਿੱਚ ਸੈੱਟ ਹੋਣ ਨੂੰ ਚੰਗਾ ਨਹੀਂ ਹੈ ਨਾ। ਹਾਂ ਵੀ ਇਹ ਪੀੜੀਆਂ ਤੋਂ ਆ, ਇਹ ਪੀੜੀਆਂ ਤੋਂ ਆ ਤੇ ਇਹਨਾਂ ਨੇ ਮਨ ਕੇ ਉਵੇਂ ਢਲ ਗਏ ਮੌਸਮ ਦੇ ਵਿੱਚ ਆਪਦੇ ਹਿਸਾਬ ਨਾਲ। ਇਹਨਾਂ ਨੇ ਜੋ ਗਰਮੀਆਂ ਆ ਜਾਂਦੀਆਂ ਕੋਟ ਸ਼ੈਡਿੰਗ ਕੋਟ ਲਾ ਦੇਣਾ ਇਹਨਾਂ ਨੇ, ਤੇ ਜਦੋਂ ਇਹਨਾਂ ਦੇ ਸਰਦੀਆਂ ਆਉਣੀਆਂ ਸ਼ੁਰੂ ਹੁੰਦੀਆਂ ਫਿਰ ਉਵੇਂ ਇਹਨਾਂ ਦੇ ਕੋਟ ਆਉਣਾ ਸ਼ੁਰੂ ਹੋ ਜਾਂਦੇ, ਜਿਹੜੇ ਵਾਲ ਲੰਮੇ ਹੋਣੇ ਸ਼ੁਰੂ ਹੋ ਜਾਂਦੇ ਤੇ ਗਰਮੀਆਂ 'ਚ ਘੱਟ ਜਾਂਦੇ ਇਹਨਾਂ ਦੇ। ਮਤਲਬ ਇਹਨਾਂ ਨੂੰ ਤਾਂ ਵੈਸੇ ਵੀ ਇਹਨਾਂ ਤਾਂ ਜੀਨਸ ਨੂੰ ਹੀ ਪਤਾ ਹੈ ਕਿ ਹੁਣ ਸਰਦੀਆਂ ਆਉਣ ਵਾਲੀਆਂ ਤੇ ਮੈਂ ਵਾਲ ਕੱਢ ਲਾਂ। ਹਾਂਜੀ 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 ਵੀ ਹੁਣ ਆਹ ਰੁੱਤ ਆ ਗਈ ਹੈ, ਇਨਵਾਂ ਮਹੀਨਾ ਆ ਗਿਆ ਤੇ ਮੈਂ ਆਹ ਸ਼ੁਰੂ ਕਰਦਾ, ਦੂਆ ਆਉਣ ਵਾਲੀ ਆ। ਹਾਂਜੀ ਵੀ ਇਹਨਾਂ ਨੂੰ ਤਾਂ ਇੰਨਾ ਪਤਾ, ਇੰਨਾ ਪਤਾ ਇਹਨਾਂ ਨੂੰ। ਹਾਂ ਵੀ ਮਤਲਬ ਇੰਨੇ ਢਲ ਚੁੱਕੇ ਆ, ਢਲ ਚੁੱਕੇ, ਢਲ ਚੁੱਕੇ। ਹੁਣ ਤੁਸੀਂ ਦੇਖੋ ਅੱਗੇ ਗਰਮੀਆਂ ਆਣਗੀਆਂ ਤੇ ਇਹਨਾਂ ਦਾ ਕੋਟ ਘੱਟ ਜਾਣਾ, ਆਪੇ ਘੱਟ ਜਾਣਾ, ਆਪੇ ਘੱਟ ਜਾਣਾ, ਆਪੇ ਘੱਟ। ਤੇ ਜਦੋਂ ਮੰਨ ਕੇ ਚਲੋ ਸਰਦੀਆਂ ਸ਼ੁਰੂ ਹੋ ਗਈਆਂ ਕੋਟ ਵਧਣਾ ਸ਼ੁਰੂ ਹੋ ਜਾਂਦਾ। ਤੇ ਵੀਰ ਨਹਾਉਣ ਨਹੁਣ ਨੂੰ ਕਿਵੇਂ ਆ ਵੀ ਮਤਲਬ ਨਹਾਏ ਜਾਂਦੇ ਆ, ਨਹਾਉਣਾ ਚਾਹੀਦਾ ਡੋਗ ਨਹੀਂ ਨਹਾਉਣਾ? ਡੋਗ ਨੂੰ ਜੀ ਜਿਹੜਾ ਕੋਈ ਵੀ ਜ਼ਿਆਦਾ ਕੋਟ ਵਾਲਾ ਡੋਗ ਆ ਉਹਨੂੰ ਜ਼ਿਆਦਾ ਨਹਾਉਣਾ ਚਾਹੀਦਾ, ਘੱਟ ਤੋਂ ਘੱਟ 7 ਦਿਨ ਨਹਾਉਣਾ ਨਹੀਂ ਚਾਹੀਦਾ। ਹਾਂਜੀ 7-8 ਦਿਨਾਂ ਬਾਅਦ ਨਹਾਓ। ਜੇ ਜਿਵੇਂ ਨਹਾ ਕੇ ਤੁਸੀਂ ਉੱਥੇ ਡਰਾਇਰ ਮਾਰ ਰਹੇ ਸੀਗੇ, ਹਾਂਜੀ ਹਾਂਜੀ, ਉਹ ਮਾਰਨਾ ਚਾਹੀਦਾ? ਉਹ ਜ਼ਰੂਰੀ ਹੈ ਜੀ, ਕਿਉਂਕਿ ਕਿਉਂਕਿ ਇਹਨਾਂ ਦਾ ਕੋਟ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਉਹਨੂੰ ਵਾਲਾਂ ਨੂੰ ਸੁੱਕਣ ਦੇ ਲਈ ਟਾਈਮ ਬਹੁਤ ਲੱਗ ਗਿਆ, ਉਹ ਅੰਦਰ ਪਾਣੀ ਚਲਿਆ ਜਾਂਦਾ। ਹਾਂ 5-7 ਘੰਟੇ ਲੱਗ ਜਾਣੇ ਆ ਅਤੇ ਡਰਾਇਰ ਨਾਲ ਮੰਨ ਕੇ ਚਲੋ 1.5 ਘੰਟੇ 'ਚ ਡੋਗ ਸੁੱਕ ਜਾਂਦਾ, ਉੱਤੋਂ ਸੁੱਕ ਜਾਂਦਾ। ਹਾਂਜੀ ਸੁੱਕ ਜਾਂਦਾ। ਅਤੇ ਜੇ ਮੰਨ ਕੇ ਚਲੋ ਨਵਾ ਕੇ ਵੈਕਿਊਮ ਮਾਰ ਦੇਵੇ? ਹਾਂ ਉਹ ਵੀ ਮਾਰ ਸਕਦੇ ਜੀ ਆਪਾਂ, ਇਹਦਾ ਆਪਾਂ ਮੰਨ ਕੇ ਚਲੋ ਥੋੜ੍ਹੇ ਘੱਟ ਪ੍ਰੈਸ਼ਰ ਵਾਲਾ, ਉਹ ਤਾਂ ਹਵਾ ਹੀ ਆ ਨਾ। ਹਾਂਜੀ ਐਂ ਸੱਕ ਕਰ ਲੂਗਾ ਉਹ। ਹਾਂਜੀ ਹਾਂਜੀ ਹੈ ਨਾ, ਉਹਦੇ ਨਾਲ ਵਿੱਚੋਂ ਜੇ ਪਾਣੀ ਹੋਊਗਾ ਐਂ ਸਾਰਾ ਖਿੱਚ ਲੂ। ਹਾਂਜੀ ਹਾਂਜੀ, ਪਰ ਇਹ ਅਸੀਂ ਡਰਾਇਰ ਤਾਂ ਮਾਰਦੇ ਹਾਂ ਕਿ ਵਾਲ ਇਕੱਲਾ ਇਕੱਲਾ ਹੋ ਜਾਂਦੇ ਐਂ, ਜਿਹੜਾ ਉਹ ਬਣਾਉਂਦਾ ਫੁੱਲ ਬਣਦਾ ਜਿਹੜਾ ਹੈ ਨਾ। ਨਹੀਂ ਠੀਕ ਹੈ ਯਾਰ, ਮਤਲਬ ਯਾਰ ਸ਼ੌਂਕ ਦੀ ਗੱਲ ਆ, ਉਤਲੇ ਲੈਵਲ ਦਾ ਸ਼ੌਂਕ ਆ। ਜਦੋਂ ਅੱਜ ਗੱਲ ਕਰੀਏ ਨਾ ਮਾਘੀ ਦੇ ਮੇਲੇ ਦੀ, ਤਾਂ ਸਭ ਤੋਂ ਵੱਧ ਅਟਰੈਕਸ਼ਨ ਦਾ ਜਿਹੜਾ ਖਿੱਚ ਦਾ ਕੇਂਦਰ ਸੀਗੇ ਉਹ ਇਹ ਕੁੱਤੇ ਸੀਗੇ। ਜਦੋਂ ਇਹ ਮੰਡੀ ਦੇ ਵਿੱਚ ਦੀ ਲੰਘਦੇ ਸੀ ਤਾਂ ਦੁਨੀਆ ਮਗਰ ਜਾਂਦੀ, ਮਗਰ ਜਾਂਦੀ ਬਹੁਤ ਜ਼ਿਆਦਾ ਜੀ। ਉੱਥੇ ਤੁਸੀਂ ਇਹ ਮੰਨੋ ਵੀ ਭੀੜ ਲੱਗੀ ਰਹੀ ਜੀ, ਅਸੀਂ 5-4 ਦਿਨ ਰੁਕੇ ਉੱਥੇ, 4 ਦਿਨ ਫੁੱਲ ਭੀੜ ਲੱਗੀ ਰਹੀ ਜੀ, ਬਹੁਤ ਲੋਕਾਂ ਨੇ ਪਸੰਦ ਕੀਤਾ। ਮੈਂ ਤੁਹਾਨੂੰ ਇੱਕ ਹੋਰ ਦੱਸਦਾ ਗੱਲ, ਤਿਬਤਨ ਮਿਸਤਫ ਵਾਲਿਆਂ ਨਾਲ ਮੇਰੀ ਵੀ ਲਿਆ ਆ, ਜਿੰਨੇ ਵੀ ਤਿਬਤਨ ਮਿਸਤਫ ਲੋਕ ਨਾ ਕੁੱਤੇ ਰੱਖਦੇ ਹੁੰਦੇ ਆ, ਤੁਸੀਂ ਨਾ ਜੇ ਤੁਹਾਨੂੰ ਕਿਸੇ ਵੀ ਪੁਲਿਸ ਅਫਸਰ ਦੀ ਲੋੜ ਪੈ ਜੇ ਬਾਈ ਚਾਂਸ, ਤੇ ਤੁਹਾਨੂੰ ਕੋਈ ਲਿੰਕ ਨਾ ਮਿਲੇ, ਤੁਸੀਂ ਤਿਬਤਨ ਮਿਸਤਫ ਵਾਲੇ ਬੰਦੇ ਕੋਲ ਜਾ ਵੜਿਓ, ਉਹਦੇ ਕੋਲ 5-7-10 ਅਫਸਰਾਂ ਦੇ ਵੱਡਿਆਂ ਦੇ ਨੰਬਰ। ਸਹੀ ਗੱਲ ਹੈ, ਕਿਉਂਕਿ ਸਾਡੇ ਤੋਂ ਆਪ ਖੁਦ ਜੀ ਮੰਨ ਕੇ ਚਲੋ ਆਉਂਦੇ ਆ ਇੱਥੇ, ਹਨਾ ਪੁਲਿਸ ਅਫਸਰ ਬਹੁਤ ਪਿਆਰ ਕਰਦੇ ਹਨਾ, ਵੱਡੀਆਂ ਬਰੀਡਾਂ ਪਸੰਦ ਹੁੰਦੀਆਂ ਜੀ ਇਹਨਾਂ ਨੂੰ, ਤੇ ਆਪਣੇ ਕੋਲੇ ਆਉਂਦੇ ਆ ਦੇਖਣ ਜੀ, ਬੱਚੇ ਵੀ ਲੈ ਕੇ ਜਾਂਦੇ ਇੱਥੋਂ ਜੀ। ਹਾਂ ਮੈਂ ਦੇਖੀ ਆ ਵੀ ਮਤਲਬ ਨਾ ਤਿਬਤਨ ਮਿਸਤਫ ਵਾਲਾ ਬੰਦਾ ਹੋਵੇ ਨਾ ਕੋਈ ਵੀ,
ਤੇ ਉਹਦੇ ਉਹਦੇ ਕੰਟੈਕਟ ਦੇ ਵਿੱਚ 10-15 ਚੰਗੇ ਅਫਸਰ ਹੁੰਦੇ ਹੀ ਆ ਵੀ ਜਿਹਦੇ ਕੋਲ ਘੈਂਟ ਬਰੀਡ ਹੁੰਦੀ ਆ, ਕਿਉਂਕਿ ਚੰਗੇ ਮਤਲਬ ਜਿਹੜੇ ਰੁਤਬੇ ਵਾਲੇ ਆ, ਵੱਡੀਆਂ ਕੋਠੀਆਂ ਕਾਠੀਆਂ ਤਕੜੇ ਹਨਾ, ਉਹ ਬੰਦੇ ਰੱਖਦੇ ਆ ਰੱਖਦੇ ਜੀ. ਆਪਣੇ ਇਹ ਵੇਖੋ ਜੀ, ਆਪਣੇ ਅੰਕਲ ਕਿੱਕੀ ਢਿੱਲੋਂ MLA ਫਰੀਦਕੋਟ ਤੋਂ, ਉਹਨਾਂ ਕੋਲੇ ਰੱਖੇ ਹੋਏ ਆ ਜੀ. ਠੀਕ ਹੈ ਜੀ. ਕੈਪਟਨ ਅਮਰਿੰਦਰ ਕੇ ਉਹਨਾਂ ਕੋਲੇ ਵੀ ਇਹੀ ਬਰੀਡ ਰੱਖੀ ਹੋਈ ਹੈ ਜੀ. ਨਵਜੋਤ ਸਿੱਧੂ ਉਹਨਾਂ ਕੋਲੇ ਵੀ ਇਹੀ ਰੱਖੀ ਹੋਈ ਹੈ. ਠੀਕ ਹੈ ਜੀ. ਮੰਨ ਕੇ ਸੇਖੋ ਸਾਹਿਬ ਹੈ, ਉਹ ਇਹ ਬਰੀਡ ਦੇ ਆਪਾਂ ਕਹਿ ਦਈਏ ਵੀ ਲੈ ਜਾਣਾ ਪੂਰੇ. ਇਹ ਇਹ 'ਚ ਮੇਰੇ ਹਿਸਾਬ ਨਾਲ ਇਹ 3 ਬਰੀਡਾਂ ਆ ਗਈਆਂ ਹਨਾ ਬਾਈ. ਇੱਕ ਤਾਂ ਹਿਮਾਲੀਅਨ ਸ਼ੀਪ ਡੋਗ, ਉਹ ਵੀ ਸੇਮ ਜਿਹੀ ਦੱਸਦੇ ਆ, ਮਤਲਬ ਮੇਰੇ ਵਰਗੇ ਬੰਦੇ ਨੂੰ ਨੀ ਫਰਕ ਪਤਾ ਲੱਗਦਾ. ਇੱਕ ਤਿਬਤਨ ਮਿਸਤਫ ਹੋ ਗਿਆ, ਇੱਕ ਉਹ ਜਿਹੜਾ ਮੈਂ ਉਧਰ ਮੁੰਡੇ ਦਾ ਫਲਮਾ ਕੇ ਆਇਆ ਸੀ ਮਾਨਸਾਲੀ, ਉਹ ਸਾਡਾ ਮਿੱਤਰ ਹੈ ਜੀ ਉਹ, ਤੇ ਉਹਨਾਂ ਕੋਲੇ ਬੱਖਰਵਾਲ ਹੈ. ਉਹਨਾਂ ਦੀ ਹਾਈਟ ਥੋੜੀ ਛੋਟੀ ਹੁੰਦੀ ਹੈ, ਥੋੜੇ ਸ਼ਾਰਪ ਟਾਈਪ ਹੁੰਦੇ ਆ, ਫੇਸ ਥੋੜਾ ਜਿਹਾ ਪਤਲਾ ਹੁੰਦਾ. ਪਰ ਮੇਰੇ ਸਾਹਮਣੇ 3 ਖੜਾ ਦੋਗੇ ਤਾਂ ਮੈਨੂੰ ਨਹੀਂ ਪਤਾ ਲੱਗੂ, ਪਰ ਖੂਨ ਮੈਨੂੰ ਪਤਾ ਸੇਮ ਲੱਗਣਗੇ. ਸੁਣ ਹਾਂਜੀ, ਇਹ ਜਿਹੜੇ ਮਤਲਬ ਸ਼ੋ ਹੁੰਦੇ ਆ ਹਨਾ, ਇਹ ਮਤਲਬ ਤੁਹਾਨੂੰ ਕਿਵੇਂ ਪਤਾ ਲੱਗਦਾ ਐਂਟਰੀ ਉਂਟਰੀ ਕਿਵੇਂ, ਕੀ ਹਿਸਾਬ ਕਿਤਾਬ ਆ? ਜਿਵੇਂ ਮੇਰੇ ਵਰਗੇ ਬੰਦੇ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿੱਥੇ ਸ਼ੋ ਹੋ ਗਿਆ. ਹਾਂਜੀ, ਇਹਦਾ ਕੀ ਹਿਸਾਬ ਕਿਤਾਬ ਆ ਵੀ ਕਿਵੇਂ ਇਹਦੇ 'ਚ ਐਂਟਰ ਕਰਦੇ ਹੋ ਤੁਸੀਂ? ਇਹ ਜੀ ਇੱਕ ਡੋਗ 99 ਇੱਕ ਸਾਈਟ ਬਣੀ ਹੋਈ ਹੈ ਜੀ, ਉਹ ਫੇਸਬੁੱਕ 'ਤੇ ਪੋਸਟਰ ਅਪਲੋਡ ਕਰ ਦਿੰਦੇ ਆ ਜੀ. ਜਿਵੇਂ KCI ਦੇ ਡੋਗ ਸ਼ੋ ਹੁੰਦੇ ਆ, ਇੱਕ ਸੰਸਥਾ KCI ਕੈਨਲ ਆਫ ਕਲੱਬ ਇੰਡੀਆ, ਉਹਨਾਂ ਦੀ ਤਾਂ ਐਂਟਰੀ ਪਹਿਲਾਂ ਕਰਾਉਣੀ ਪੈਂਦੀ ਆ ਜੀ. ਉਹ ਇੰਡੀਆ ਲੈਵਲ ਦੇ ਵੱਡੇ ਸ਼ੋ ਹੁੰਦੇ ਆ, ਉਹਨਾਂ ਦੀ 3 ਐਂਟਰੀ ਪਹਿਲਾਂ ਕਰਾਉਣੀ ਪੈਂਦੀ. ਜਿਹੜੇ ਪਿੱਟ ਸ਼ੋ ਹੁੰਦੇ ਆ ਉਹਨਾਂ ਦੀ ਐਂਟਰੀ ਮੌਕੇ 'ਤੇ ਹੁੰਦੀ ਹੈ ਜੀ. ਮਤਲਬ ਉਹਨਾਂ ਦੀ ਜਿਹੜੀ ਐਂਟਰੀ ਐਡਵਾਂਸ ਹੋ ਜਾਂਦੀ ਹੈ, ਇਹਨਾਂ ਦੀ ਤੁਸੀਂ ਪੋਸਟਰ ਦੇਖ ਕੇ? ਹਾਂ, ਪੋਸਟਰ ਦੇਖ ਕਰ ਲਿਆ. ਬਾਕੀ ਜਿਹੜਾ ਇਹ ਸ਼ੋਅ ਦਾ ਆਪਾਂ ਥੋੜ੍ਹਾ ਦੱਸ ਦਿੰਦੇ ਹਾਂ, ਕਿਉਂਕਿ ਕਈ ਸੱਜਣ ਨੂੰ ਨਹੀਂ ਪਤਾ ਹੁੰਦਾ ਕਿੱਦਾਂ ਲੱਗਦੇ ਆ, ਕਿਉਂਕਿ ਪਹਿਲਾਂ ਤਾਂ ਇਹਨਾਂ ਦੀਆਂ ਜਿਹੜੀ ਬਰੀਡ ਹੈ ਉਸ ਬਰੀਡ ਦਾ ਕੰਪੀਟੀਸ਼ਨ ਹੁੰਦਾ, ਉਹਦੇ ਵਿੱਚ ਫਸਟ ਸੈਕਿੰਡ ਕੱਢੇ ਜਾਂਦੇ ਆ, ਬੈਸਟ ਆਫ ਬਰੀਡ ਅਤੇ ਰਿਜ਼ਰਵ ਆਫ ਬਰੀਡ BOB ਅਤੇ RBOB. ਉਸ ਤੋਂ ਬਾਅਦ ਇਹਨਾਂ ਦਾ ਗਰੁੱਪ ਲੱਗਦਾ ਹੈ, ਪਰ ਜਿਹੜੀ ਆਪਣੀ ਬਰੀਡ ਹੈ ਇਹਦਾ ਗਰੁੱਪ ਬਹੁਤ ਕੜਾ ਹੁੰਦਾ ਜੀ. ਇਹਦੇ ਗਰੁੱਪ ਦੇ ਵਿੱਚ ਆਪਣਾ ਆ ਗਿਆ ਜੀ ਡਾਬਰਮੈਨ, ਰੋਡਵੀਲਰ, ਬਾਕਸਰ ਅਤੇ ਗ੍ਰੇਡਨ. ਇਹ 3 ਬਰੀਡਾਂ ਬਹੁਤ ਚੋਟੀ ਦੀਆਂ ਬਰੀਡਾਂ, ਇਹਨਾਂ ਦੀ ਟੱਕਰ ਹੁੰਦੀ ਹੈ, ਫਿਰ ਇਹਨਾਂ 'ਚੋਂ 3 ਸਿਲੈਕਟ ਹੁੰਦੇ ਆ. ਅੱਛਾ. ਜਿਵੇਂ ਕਰਨਾਲ ਡੋਗ ਸ਼ੋ ਹੋਇਆ ਸੀਗਾ ਅਤੇ ਆਪਣਾ ਇਹ ਉੱਥੇ ਗਰੁੱਪ ਦੇ ਵਿੱਚ ਵੀ ਫਸਟ ਲੱਗਿਆ ਅਤੇ ਉੱਦਾਂ ਵੀ ਆਪਦੀ ਬਰੀਡ 'ਚ ਵੀ ਫਸਟ ਲੱਗਿਆ. ਫਿਰ ਉਹ ਜਿੰਨੇ ਗਰੁੱਪ ਹੁੰਦੇ ਆ, ਮਤਲਬ ਕਿ ਚਲੋ ਅਲੱਗ ਅਲੱਗ ਗਰੁੱਪ, ਜਿਵੇਂ ਛੋਟੀਆਂ ਬਰੀਡਾਂ ਦਾ ਅਲੱਗ ਗਰੁੱਪ ਹੋ ਗਿਆ, ਵੱਡੀਆਂ ਦਾ ਅਲੱਗ ਹੋ ਗਿਆ, ਫਿਰ ਉਹ ਇਕੱਠਿਆਂ ਦੇ ਵਿੱਚੋਂ ਬੈਸਟਨ ਸ਼ੋਅ ਕੱਢਿਆ ਜਾਂਦਾ ਅਤੇ ਆਪਣਾ ਜੀ ਬਹੁਤ ਵੱਡਾ ਸ਼ੋਅ ਜਿਹੜਾ ਕਰਨਾਲ ਹੋਇਆ ਇੰਡੀਆ ਲੈਵਲ ਦਾ, ਅਤੇ ਉੱਥੇ ਆਪਣਾ ਸੈਕਿੰਡ ਬੈਸਟ ਸ਼ੋਅ ਲੱਗਿਆ ਪੂਰੇ ਸ਼ੋਅ ਦਾ ਜੀ. ਅਤੇ ਬਾਕੀ ਇਹਦੀ ਜੀ ਬਲੱਡ ਲਾਈਨ ਬਹੁਤ ਜ਼ਿਆਦਾ ਚੰਗੀ ਹੈ. ਹਿਮਰਤਨ ਕੈਨਲ ਆ ਜੀ ਆਪਣਾ, ਬਾਈਜੀਤ ਖਹਿਰੇ ਹੋਰੇ ਅਤੇ ਸਿਮਰਜੀਤ ਹੋਰੇ ਅਤੇ ਇੱਕ ਆਪਣਾ ਗੁਰਮਨਾ ਬਾਈ, ਇਹ ਚਲਾਉਂਦੇ ਆ ਇਹਨੂੰ ਕੈਨਲ ਨੂੰ. ਅਤੇ ਉਹਨਾਂ ਤੋਂ ਆਪਾਂ ਇਹ ਮਤਲਬ ਉਹਨਾਂ ਨੇ ਆਪਣਾ ਬੱਚਾ ਇੱਕ ਗਿਫਟ ਤੌਰ 'ਤੇ ਦਿੱਤਾ ਅਤੇ ਆਪਣੇ ਮਿੱਤਰ. ਹਾਂ ਹਾਂ. ਅਤੇ ਬਹੁਤ ਮੰਨ ਕੇ ਚਲੋ ਵੀ ਬਹੁਤ ਵਿਨਿੰਗ ਕਰ ਰਿਹਾ ਜੀ. ਇਹ ਇਹ ਜਿਹੜਾ ਇਹ ਆ, ਇਹ ਜਿਹੜਾ ਹੁਣ ਆਹ ਸ਼ੋਆਂ 'ਚ ਲੱਗ ਰਿਹਾ ਇਹਦੀ ਇਹ ਬਲੱਡ ਲਾਈਨ? ਹਾਂ, ਇਹਦੀ ਬਲੱਡ ਲਾਈਨ ਹਿਮਰਤਨ ਬਲੱਡ ਲਾਈਨ ਹੈ ਜੀ. ਹਿਮਰਤਨ ਬਲੱਡ ਲਾਈਨ ਜਿਹੜਾ ਇਹ 'ਚ ਲੱਗ ਰਿਹਾ. ਹਾਂ, ਇਹ ਇੱਕ ਬਈ ਮਤਲਬ ਦੇਖ ਸ਼ੌਂਕ ਦਿਲ, ਜਦੋਂ ਹੁਣ ਆਹ ਵੀਡੀਓ ਦੇਖੂਗਾ ਨਾ ਕੋਈ ਬੰਦਾ ਤਾਂ ਕਿਸੇ ਵੀ ਬੰਦੇ ਦਿਲ ਕਰੂਗਾ ਯਾਰ ਮੈਂ ਲੈ ਲਾ. ਸਹੀ ਗੱਲ ਹੈ. ਅਤੇ ਕਈ ਵਾਰੀ ਨਾ ਜਿਹੜੇ ਤਾਂ ਹੁੰਦੇ ਆ ਕੁਛ ਉਸ ਤਰ੍ਹਾਂ ਦੇ ਬੰਦੇ ਜਿਹਦਾ ਤਾਂ ਐਂ ਹੁੰਦਾ ਵੀ ਯਾਰ ਦੇਖਣਾ ਹੀ ਨਹੀਂ, ਬਸ ਚੱਕ ਕੇ ਫੜਾਤਾ. ਇੱਕ ਬੰਦਾ ਹੁੰਦਾ ਕਿ ਯਾਰ ਸੁਜੈਸਟ ਕਰਦਾ ਜਿਵੇਂ ਤੁਸੀਂ ਆ ਸ਼ੌਕੀਨ ਆ, ਹਾਂਜੀ, ਵੀ ਯਾਰ ਕਿਹੋ ਜਿਹੇ ਬੰਦਿਆਂ ਨੂੰ ਅਸਲ ਦੇ ਵਿੱਚ ਰੱਖਣਾ ਚਾਹੀਦਾ ਹੈ ਤੇ ਕਿਹਨੂੰ ਨਹੀਂ ਰੱਖਣਾ ਚਾਹੀਦਾ? ਹਾਂਜੀ, ਰੱਖਣਾ ਉਹਨਾਂ ਨੂੰ ਚਾਹੀਦਾ ਜਿਨ੍ਹਾਂ ਦੇ ਘਰ ਛੋਟੇ ਹੈ, ਜਗ੍ਹਾ ਥੋੜ੍ਹੀ ਹੈ, ਕਿਸੇ ਬੇਸਮੈਂਟ 'ਚ ਰਹਿੰਦੇ ਆ ਜਾਂ ਮੰਨ ਕੇ ਇੱਦਾਂ ਆਪਣੇ ਫਲੈਟ 'ਚ ਰਹਿੰਦੇ ਆ, ਫਲੈਟ 'ਚ ਰਹਿੰਦੇ ਆ ਸੋਰੀ, ਅਤੇ ਉਹ ਮੰਨ ਕੇ ਚਲੋ ਕੀ ਆ ਵੀ ਇਹ ਥੋੜ੍ਹੀ ਜਿਹੀ ਜਗ੍ਹਾ ਖੁੱਲ੍ਹੀ ਪਾਲਦੇ ਆ,
ਮਤਲਬ ਜਿਵੇਂ ਫਾਰਮ ਫੂਰਮ ਬਣੇ ਆ ਜੀ ਕੋਈ, ਹੈ ਨਾ, ਖੇਤ ਆ, ਖੇਤ ਆ ਜਾਂ ਘਰ ਖੁੱਲਾ ਕਿਸੇ ਦਾ ਫਾਰਮ ਆ, ਹਾਂਜੀ ਹਾਂਜੀ, ਉਸ ਜਗ੍ਹਾ ਤੇ ਇਹ, ਕਿਉਂਕਿ ਰਖਵਾਲੀ ਵਾਲੀ ਬਰੀਡ ਹੈ, ਇਹਨਾਂ ਨੇ ਰਖਵਾਲੀ ਕਰਨੀ ਹੈ ਜੀ, ਤੇ ਬਾਕੀ ਇਹ ਵੱਡੀ ਲਾਰਜ ਬਰੀਡ ਹੈ, ਇਹਨਾਂ ਨੂੰ ਜਗ੍ਹਾ ਵੀ ਚਾਹੀਦੀ ਹੈ ਘੁੰਮਣ ਫਿਰਨ ਵਾਸਤੇ ਜੀ। ਹਾਂਜੀ ਵੀ ਮੈਨੂੰ ਐਂ ਲੱਗਦਾ ਵੀ ਜਿਹੜੇ ਘਰਾਂ ਦੇ ਵਿੱਚ ਇਹ ਸ਼ਾਇਦ ਅਗਰੈਸਿਵ ਹੋ ਜਾਂਦੇ ਆ ਜਦੋਂ ਇਹਨਾਂ ਨੂੰ ਜੌਬ ਨਹੀਂ ਮਿਲਦੀ, ਕਿਉਂਕਿ ਇਹ ਉਹ ਜਾਨਵਰ ਆ ਜਿਹੜਾ ਕਹਿੰਦਾ ਕਿ ਮੈਨੂੰ ਖਾਣਾ ਪਾਉਂਦੇ ਤਾਂ ਮੈਨੂੰ ਕੰਮ ਦਿਓ, ਕੰਮ ਦਿਓ। ਹਾਂਜੀ, ਕਿਉਂਕਿ ਇਹਨਾਂ ਨੇ ਸਾਰੀ ਰਾਤ ਰਖਵਾਲੀ ਕਰਨੀ ਹੈ, ਦਿਨ ਨੂੰ ਸੌਣਾ ਇਹਨਾਂ ਨੇ ਜੀ, ਸਾਰੀ ਰਾਤ ਇਹਨਾਂ ਨੇ ਪੂਰਾ ਇੱਕ ਚੌਕੀਦਾਰ ਦੀ ਤਰ੍ਹਾਂ ਅਡਲਟ ਰਹਿਣਾ ਪੂਰਾ, ਮੰਨ ਕੇ ਚੱਲੋ ਵੀ ਰਖਵਾਲੀ ਕਰਨੀ ਇਹਨਾਂ ਨੇ ਪੂਰੀ ਸਾਰੀ ਰਾਤ। ਹਾਂ ਬਈ, ਮੈਨੂੰ ਐਂ ਲੱਗਦਾ ਵੀ ਉਹ ਜਦੋਂ ਇਹ ਕਹਿੰਦੇ ਵੀ ਸਾਨੂੰ ਕੰਮ ਦਿਓ, ਜਦੋਂ ਇਹਨਾਂ ਨੂੰ ਕੰਮ ਨਹੀਂ ਮਿਲਦਾ ਫਿਰ ਇਹ ਦੁਖੀ ਹੁੰਦੇ, ਦੁਖੀ ਹੁੰਦੇ। ਹਾਂਜੀ, ਫਿਰ ਇਹ ਇਰੀਟੇਟ ਰਹਿਣ ਲੱਗ ਜਾਂਦੇ ਆ, ਮਤਲਬ ਆਪਾਂ ਕਹਿ ਲਈਏ ਕਿ ਡਿਪਰੈਸਡ ਹੋ ਜਾਂਦੇ ਆ। ਮਾਹੌਲ ਹੁੰਦਾ ਨਾ ਜੀ, ਜੇ ਆਪਾਂ ਕਿਸੇ ਡੌਗ ਨੂੰ ਉਹਦਾ ਪੂਰਾ ਵਧੀਆ ਬਣਦਾ ਮਾਹੌਲ ਦੇਵਾਂਗੇ ਤੇ ਉਹਨੇ ਆਪ ਹੀ ਮਤਲਬ ਉਹਦੇ ਨੇਚਰ ਦੇ ਵਿੱਚ ਮਤਲਬ ਕਾਮਨੈਸ ਰਹਿੰਦੀ ਆ ਨਾ, ਵੀ ਠੰਡਾ ਰਹਿੰਦਾ। ਨਹੀਂ, ਇਹ ਤੁਸੀਂ ਇੱਕ ਨੈਚੁਰਲ ਗੱਲ ਆ, ਬੰਦਾ ਵੀ ਆ, ਜੇ ਬੰਦੇ ਨੂੰ ਇਹ ਪਤਾ ਲੱਗਣੋਂ ਹਟ ਜੇ ਯਾਰ ਵੀ ਮੈਂ ਦੁਨੀਆ 'ਤੇ ਪੈਦਾ ਕਿਹੜੀ ਗੱਲ ਹੀ ਹੋਇਆ ਯਾਰ, ਮੈਂ ਪਤਾ ਨਹੀਂ ਕਾਹਤੋਂ ਇੱਥੇ ਤੁਰਿਆ ਫਿਰਦਾ, ਤਾਂ ਉਹ ਡਿਪਰੈਸ ਹੋਣਾ ਸ਼ੁਰੂ ਹੋ ਜੂਗਾ। ਹਾਂਜੀ, ਹੈ ਨਾ, ਅਤੇ ਜੇ ਹੁਣ ਜਾਨਵਰ ਉਹ ਕਹੂਗਾ ਯਾਰ ਮੈਂ ਸਵੇਰੋਂ ਉੱਠਦਾ ਯਾਰ ਮੈਂ ਖਾ ਲੈਂਦਾ, ਮੈਨੂੰ ਸਮਝ ਹੀ ਨਹੀਂ ਆ ਰਹੀ ਮੇਰੀ ਜੌਬ ਕੀ ਆ, ਤਾਂ ਉਹ ਡਿਪਰੈਸ ਹੋ ਜੂਗਾ, ਪਰੇਸ਼ਾਨ ਹੋ ਜੂਗਾ, ਹੈ ਨਾ, ਉਹਨੂੰ ਦੁਨੀਆ ਭੈੜੀ ਲੱਗਣ ਲੱਗ ਜੂਗੀ। ਤਾਂ ਜਦੋਂ ਉਹ ਆਪਾਂ ਉਹਨੂੰ ਕੰਮ ਦੇਵਾਂਗੇ ਤਾਂ ਫਿਰ ਉਹ ਉਹਨੂੰ ਲੱਗੂ ਕਿ ਹਾਂ ਮੈਂ ਆਹ ਕੰਮ ਲਈ ਬਣਿਆ। ਹਾਂਜੀ, ਬਿਲਕੁਲ ਜੀ, ਬਿਲਕੁਲ। ਬਾਕੀ ਉਹੀ ਨਾ ਵੀ ਇਹ ਪਤਾ ਨਹੀਂ ਕਾਹਤੋਂ ਥੋੜ੍ਹਾ ਜਿਹਾ ਲੋਕਾਂ ਦੇ ਵਿੱਚ ਆਮ ਹੀ, ਜਿਵੇਂ ਤੁਸੀਂ ਪਹਿਲਾਂ ਵੀ ਸਵਾਲ ਪੁੱਛਿਆ ਵੀ ਇਹ ਅਗਰੈਸਿਵ ਹੋ ਜਾਂਦੇ ਆ, ਇਹ ਗੱਲ ਬਣ ਗਈ ਕਹਿ ਲਓ ਵੀ ਜੇ ਉਹ ਤਾਂ ਰੱਖਣ ਰੱਖ ਰਖਾਵ 'ਤੇ ਆ ਵੀ ਆਪਾਂ ਇਹਦਾ ਗਾਰਡਿੰਗ ਵਾਸਤੇ ਇੰਨੇ ਵਧੀਆ ਡੋਗ ਦਾ, ਅਤੇ ਜਿਹੜਾ ਅਗਰੈਸਿਵ ਵਾਲੀ ਗੱਲ 'ਚ ਬਿਲਕੁਲ ਹੀ ਨਹੀਂ, ਤੁਹਾਡੇ ਰੱਖਣ 'ਤੇ ਆ ਵੀ ਤੁਸੀਂ ਕਿਵੇਂ ਰੱਖੋਗੇ। ਮੈਂ ਕਹਿੰਦਾ ਵੀ ਰਾਖੀ ਨੂੰ ਤਾਂ ਬਹੁਤ ਜ਼ਿਆਦਾ ਵਧੀਆ ਨਸਲ ਆ, ਨਾਲੇ ਆਪਣੀ ਵੀ ਇੰਡੀਆ ਦੀ ਬਰੀਡ ਹੋਣ ਕਰਕੇ ਨਾ ਤਾਂ ਛੇਤੀ ਬਿਮਾਰ ਹੋਵੇ, ਨਾ ਮਤਲਬ ਇਹ ਬਹੁਤ ਪਲੱਸ ਪੁਆਇੰਟ ਹੈ ਇਹਦੇ ਵੀ, ਜਿਹਦੇ ਕਰਕੇ ਵੀ ਵਧੀਆ ਇਹ ਸੂਟ ਕਰਦੀ ਮਤਲਬ ਰੱਖਣ ਦਾ। ਮੈਨੂੰ ਤਾਂ ਇਹ ਲੱਗਦਾ ਵੀ ਤੁਹਾਡਾ ਜਿਹੜਾ ਪਾਲਤੂ ਆ ਉਹ ਤੁਹਾਡਾ ਇੱਕ ਤਰ੍ਹਾਂ ਨਾਲ ਦਰਪਣ ਆ, ਜਿਸ ਤਰ੍ਹਾਂ ਦੀ ਤੁਸੀਂ ਉਹਨੂੰ ਦਿੰਨੇ ਟ੍ਰੀਟਮੈਂਟ ਉਹ ਉਸੇ ਤਰ੍ਹਾਂ ਦਾ ਹੀ ਸ਼ੋਅ ਕਰਦਾ, ਉਦਾਂ ਦਾ ਸ਼ੋਅ ਕਰਦਾ, ਹੈਨਾ। ਜੇ ਤੁਸੀਂ ਉਹਨੂੰ ਮਾੜਾ ਟ੍ਰੀਟਮੈਂਟ ਦੇ ਰਹੇ ਆ ਤਾਂ ਉਹ ਤੁਹਾਡੇ ਰਿਸ਼ਤੇਦਾਰ 'ਤੇ ਮਾੜਾ ਪ੍ਰਭਾਵ ਪਾ ਦਿੰਦਾ, ਜੇ ਉਹ ਚੰਗਾ ਪਾ ਰਹੇ ਆ ਤਾਂ ਉਹ ਚੰਗਾ ਪ੍ਰਭਾਵ ਪਾ ਦਿੰਦਾ, ਹੈਨਾ। ਹਾਂਜੀ, ਤੁਸੀਂ ਇਹ ਦੇਖੋ ਵੀ ਰੱਖਣ 'ਤੇ ਆ, ਜਿਵੇਂ ਆਪਾਂ ਹੁਣ ਮੰਨ ਕੇ ਇੱਥੇ ਰੱਖੇ ਹੋਏ ਆਪਣੇ ਘਰੇ ਜੀ ਡੋਗ, ਕੋਈ ਬਾਹਰੋਂ ਬੰਦਾ ਆਉਂਦਾ ਹੈ ਕੇਰਾ, ਉਹਨਾਂ ਨੂੰ ਇਹ ਭੌਂਕਣਗੇ, ਜਦੋਂ ਇਹਨਾਂ ਨੂੰ ਸ਼ੋਅ 'ਤੇ ਲੈ ਕੇ ਆਉਣੇ, ਇਹਨਾਂ ਨੂੰ ਪਤਾ ਵੀ ਸਾਨੂੰ ਸ਼ੋਅ ਕਰਨਾ, ਬਾਹਰ ਇਹ ਚੌੜ ਮਸਤੀ ਕਰਦੇ ਆ ਸਾਡਾ ਰਿੰਗ ਜਾ ਕੇ ਪੂਰੇ, ਇਹਨਾਂ ਨੂੰ ਪਤਾ ਹੁੰਦਾ ਵੀ ਹੁਣ ਅਸੀਂ ਮੈਨੂੰ ਤਾਂ ਇਹਦੇ ਪਿੱਛੇ ਕਾਰਨ ਸਵੇਗ ਭਾਈ ਆ ਵੀ ਲੱਗਦਾ ਵੀ ਇਹਦੀਆਂ ਕਈ ਪੀੜ੍ਹੀਆਂ ਤੋਂ ਇਹ ਕੰਮ ਚੱਲਦਾ ਆਉਂਦਾ ਕਰਕੇ ਇਹ ਚੀਜ਼ ਉਹਨਾਂ ਦੇ ਜੀਨਸ ਚਲੀ ਗਈ। ਹਾਂ, ਹੁਣ ਇਹਦਾ ਫਾਦਰ ਆ ਜੀ, ਜਿਵੇਂ ਬਾਹਰਲੇ ਦੇਸ਼ਾਂ ਤੋਂ ਉੱਥੇ ਵੀ ਸ਼ੋਅ, ਉਹਨਾਂ ਦੇ ਦਾਦੇ ਪੜਦਾਦੇ ਸਾਰੇ ਮਾਂ ਪਿਓ ਉਹ ਸ਼ੋਅ ਲੱਗਦੇ ਆਏ ਤੇ ਇਹਨਾਂ ਦੇ ਬਲੱਡ 'ਚ ਆਏ ਸ਼ੋਅ ਹੋਣਾ, ਵੀ ਉਹਨਾਂ ਨੂੰ ਪਤਾ ਹੀ ਆ ਉਹਦੀ ਜੌਬ ਦਾ ਪਤਾ, ਜਿਵੇਂ ਸੰਸਕਾਰ ਹੁੰਦੇ ਆ। ਹਾਂਜੀ ਹਾਂਜੀ, ਤਾਂ ਜਿਹੜੇ ਮਤਲਬ ਜਾਨਵਰ ਆ ਉਹਨਾਂ ਦੀ ਵੀ ਕੋਈ ਆਪਣੀ ਵਿਦਿਆ ਜਿਹੜੀ ਉਹ ਅੱਗੇ ਦਿੰਦੇ ਆ। ਹਾਂਜੀ ਹਾਂਜੀ, ਬਲੱਡ ਦੇ ਥਰੂ, ਤਾਂ ਉਹ ਇਹਨਾਂ ਨੂੰ ਪਤਾ ਹੀ ਆ ਪਤਾ ਮੇਰੇ ਜੋਬ ਬਲੱਡ ਲਾਈਨ ਬਹੁਤ ਮੈਟਰ ਕਰਦੀ ਹੈ। ਤੁਸੀਂ ਤਾਂ ਮਤਲਬ ਕਈ ਫੀਲਡ ਦੇ ਵਿੱਚ ਤੁਹਾਨੂੰ ਪੂਰੀ ਨੌਲੇਜ ਆ ਹਰ ਚੀਜ਼, ਮਤਲਬ ਕੋਈ ਵੀ ਡੋਗ ਆ ਆਪਾਂ ਕਹਿ ਦਿੰਦੇ ਹਾਂ ਉਹਦੀ ਬਲੱਡ ਲਾਈਨ ਪੂਰਾ ਹੀ ਮੈਟਰ ਕਰਦੀ ਹੈ, ਅਗਰੈਸਿਵ ਹੋਣਾ ਨਾ ਹੋਣਾ ਵੀ ਉਹ ਚੀਜ਼ 'ਤੇ ਵੀ ਮੈਟਰ ਕਰਦਾ ਵੀ ਉਹਦੇ ਮਾਂ ਪਿਓ ਜਿਹੜਾ ਪਿਛੋਕੜ ਆ ਵੀ ਕਿੱਥੋਂ ਕਿਹੜੀ ਲਾਈਨ ਤੋਂ ਆਉਂਦੀ ਆ ਉਹ ਬਹੁਤ
ਮਤਲਬ ਬਹੁਤ ਬੰਦੇ ਪੁੱਛ ਲੈਂਦੇ ਆ ਵੀ ਇਹ ਕਿਹੜੀ ਲਾਈਨ ਹੈ, ਕਿਵੇਂ ਆ, ਜਾਂ ਕੀ ਫਰਕ ਹੈ ਤੁਹਾਡੇ ਡੌਗ ਦੇ ਜਾਂ ਹੋਰ ਕਿਸੇ ਦੇ ਡੌਗ 'ਚ ਕੀ ਫਰਕ ਹੈ, ਮਤਲਬ ਇਹ ਚੀਜ਼ਾਂ ਮੈਟਰ ਕਰਦੀਆਂ ਕਿ ਉਹ ਬਲੱਡ ਲਾਈਨ ਕਿਹੜੀ ਹੈ ਜਾਂ ਕਿਵੇਂ, ਬਲੱਡ ਲਾਈਨ ਦਾ ਪੂਰਾ ਫਰਕ ਪੈਂਦਾ। ਹਾਂ, ਜਿਵੇਂ ਜਿਵੇਂ ਮਤਲਬ ਜਦੋਂ ਕੋਈ ਰਿਸ਼ਤਾ ਜੋੜਨਾ ਹੁੰਦਾ ਤੇ ਲੋਕ ਕੁੰਡਲੀਆਂ ਵੇਖਦੇ ਆ, ਤਾਂ ਉਵੇਂ ਇਧਰਲੇ ਪਾਸੇ ਫਿਰ ਲੋਕ ਬਲੱਡ ਲਾਈਨ ਦੇਖਦੇ ਆ। ਹਾਂਜੀ, ਇਹਦੇ ਵਿੱਚ ਕੁੰਡਲੀ ਤਾਂ ਹਜੇ ਥੋੜਾ ਬਹੁਤਾ ਪਰੇ ਉਰੇ ਦੀ ਲੰਘ ਜੂਗੀ, ਬਲੱਡ ਲਾਈਨ ਨਹੀਂ ਲੰਘਦੀ। ਇਹਨਾਂ ਦੇ ਪੇਪਰ ਬਣਦੇ ਆ ਤੇ ਇਹਨਾਂ ਦੀਆਂ 10-10 ਪੀੜ੍ਹੀਆਂ ਬਲੱਡ ਲਾਈਨ ਦੇ ਵਿੱਚ ਉਵੇਂ ਸ਼ੋਅ ਹੁੰਦੀਆਂ, ਜਿਵੇਂ ਆਪਣੇ ਡੌਗ ਦੇ ਇਹਦੇ ਪੇਪਰ ਬਣੇ ਹੋਏ ਆ, ਇਹਦੀਆਂ ਮਦਰ ਵਾਲੇ ਪਾਸੇ ਉਹਦੇ ਫਾਦਰ ਵਾਲੇ ਪਾਸੇ 10-15 ਪੀੜ੍ਹੀਆਂ ਆਪਾਂ ਨੂੰ ਉਵੇਂ ਵੀ ਆਹ ਇਹਦਾ ਫਾਦਰ ਸੀ, ਆਹ ਉਹਦਾ ਫਾਦਰ ਸੀ, ਉਹਦੀ ਮਦਰ ਸੀ, ਪਿੱਛੇ ਤੋਂ ਇਹ ਬਲੱਡ ਲਾਈਨ ਦੇਖ ਕੇ ਜਿਹੜੇ ਮੰਨ ਕੇ ਚਲੋ ਜਿਹੜੇ ਸ਼ੋਅ ਕਰਦੇ ਉਹ ਦੇਖ ਕੇ ਉੱਦਾਂ ਲੈਂਦੇ ਆ ਬੱਚਾ, ਜਿਵੇਂ ਅਸੀਂ ਦੇਖ ਕੇ ਉਹਨਾਂ ਨੂੰ ਕਿਹਾ ਵੀ ਇਹ ਬੱਚਾ ਸਾਨੂੰ ਚਾਹੀਦਾ ਨਾ, ਵੀ ਇਹ ਦਿਓ ਸੋ ਸਾਨੂੰ, ਵੀ ਇਹਦੀ ਬਲੱਡ ਲਾਈਨ ਬਹੁਤ ਸਟਰੋਂਗ ਆ ਜੀ, ਬਹੁਤ ਜ਼ਿਆਦਾ ਚੰਗੀ ਬਲੱਡ ਲਾਈਨ ਹੈ ਜੀ। ਮਤਲਬ ਇੱਕ ਹੋਰ ਵੀ ਗੱਲ ਆ ਕਿ ਨੰਬਰ ਸਕਰੀਨ 'ਤੇ ਦਿਸ ਰਿਹਾ ਵੀਰੇ ਹੁਣਾਂ ਦਾ, ਅਤੇ ਜੇ ਨਾ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੋਈ, ਕੋਈ ਵੀ ਇਨਫੋਰਮੇਸ਼ਨ ਬਾਈ ਹੋਣਾ ਤੋਂ ਚਾਹੀਦੀ ਹੋਈ, ਤਾਂ ਉਹ ਤੁਸੀਂ ਵੀਰੇ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਆ, ਨੰਬਰ ਸਕਰੀਨ 'ਤੇ ਆ। ਬਾਕੀ ਕਿੰਨੇ ਕੁ ਬੰਦੇ ਪਿਆਰ ਕਰਦੇ ਆ ਇਸ ਨਸਲ ਨੂੰ, ਕਿਉਂਕਿ ਹਰ ਬੰਦੇ ਦਾ ਇੱਕ ਸ਼ੌਂਕ ਆ ਯਾਰ, ਤਾਂ ਕਿੰਨੇ ਕੁ ਬੰਦੇ ਪਿਆਰ ਕਰਦੇ ਆ ਇਸ ਨਸਲ ਨੂੰ, ਇਹ ਵੀ ਤੁਸੀਂ ਨਾ ਕਮੈਂਟ ਬਾਕਸ ਦੇ ਵਿੱਚ ਹਾਜ਼ਰੀ ਲਵਾਇਓ, ਅਤੇ ਨਾਲ ਦੀ ਨਾਲ ਜਿੰਨੇ ਕੁ ਸੱਜਣ ਬੈਠੇ ਆ ਦੇਖ ਰਹੇ ਆ, ਅਤੇ ਇਨਫੋਰਮੇਸ਼ਨ ਕਿੰਨੀ ਕੁ ਵਧੀਆ ਲੱਗੀ ਤੁਹਾਨੂੰ ਤਾਂ ਉਹ ਵੀ ਤੁਸੀਂ ਦੱਸਿਓ। ਹਾਂ, ਸਾਡੇ ਕੋਲੋਂ ਕੋਈ ਕਮੀ ਰਹਿ ਗਈ ਤਾਂ ਉਹ ਵੀ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ ਕਿ ਆਹ ਗੱਲ ਭਾਈ ਤੁਸੀਂ ਇਹਨਾਂ ਦੀ ਦੱਸਣ ਆਈ ਛੱਡਤੀ, ਹੈ ਨਾ, ਤਾਂ ਉਹ ਸਾਨੂੰ ਹੋਰ ਸਿੱਖਣ ਨੂੰ ਮਿਲ ਜੂਗੀ। ਅਗਲੀ ਵਾਰ ਨੂੰ ਫਿਰ ਬੈਠਾਂਗੇ ਅਸੀਂ ਅਤੇ ਅਸੀਂ ਤੁਹਾਡੀ ਗੱਲ ਦਾ ਜ਼ਿਕਰ ਵੀ ਕਰ ਲਵਾਂਗੇ, ਉਹ ਵੀ ਕਮੈਂਟ ਬਾਕਸ ਦੇ ਵਿੱਚ ਜ਼ਿਕਰ ਕਰ ਦਿਓ। ਜਿਉਂਦੇ ਰਹੋ।